ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਗਵਿੰਦਰ ਜੀ ਧੰਨਵਾਦ ਚਰਚਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਆਖਰਕਾਰ ਹੁਣ ਚੋਣਾਂ ਦਾ ਵਿਗੜ ਵੱਜ ਚੁੱਕਿਆ ਹੈ ਕਦੋਂ ਤੋਂ ਕਦੋਂ ਤੱਕ ਇਲੈਕਸ਼ਨ ਹੋਣੀ ਹੈ ਪੰਜਾਬ ਦੇ ਵਿੱਚ ਕਦੋਂ ਹੋਣੀ ਹੈ ਇਹ ਸਭ ਤੇ ਉੱਤੇ ਨਜ਼ਰਾਂ ਲਗਾਤਾਰ ਤਰੀਕਾ ਸਭ ਦੇ ਕੋਲੇ ਆ ਗਈਆਂ ਗੱਲਬਾਤ ਇੱਥੋਂ ਹੀ ਅੱਗੇ ਵਧਾਵਾਂਗੇ ਨਾਲ ਪ੍ਰੋਫੈਸਰ ਨੂੰ ਸਮਝਣਾ ਚਾਹਾਂਗੇ ਕਿ ਸਾਲ 2019 ਤੋਂ ਲੈ ਕੇ ਮਤਲਬ 14 ਦੀ ਵੀ ਗੱਲ ਹੁੰਦੀ ਹੈ ਕਿ ਹੁਣ ਤੱਕ 10 ਸਾਲਾਂ ਦੇ ਵਿੱਚ ਕੀ ਫਰਕ ਪਿਆ ਜਆ ਚੋਣ ਕਮਿਸ਼ਨ ਨੂੰ ਲੈ ਕੇ ਜਾਂ ਜਿਸ ਤਰ੍ਹਾਂ ਦੀ ਸਰਕਾਰ ਚੱਲਦੀ ਰਹੀ ਹੈ ਲੋਕਾਂ ਦੇ ਮੁੱਦੇ ਲੋਕ ਕੀ ਸੋਚਣਗੇ ਕੀ ਸੋਚ ਕੇ ਵੋਟਾਂ ਪੈਣਗੀਆਂ ਇਹ ਬੜਾ ਕੁਝ ਨਾਲੋਂ ਨਾਲ ਚੱਲ ਰਿਹਾ ਹੈ ਖਾਸ ਕਰ 19 ਦੀ ਵੀ ਗੱਲ ਹੁੰਦੀ ਹੈ ਕਿ ਇਨਾ 50 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਕਰਤਾ ਕਿ ਇਹ ਅਗਲੀ ਜਿਹੜੀਆਂ ਤੀਜੀ ਟਰਮ ਦੀ ਗੱਲ ਭਾਜਪਾ ਕਰ ਰਹੀ ਹੈ ਇਸ ਹਾਲਾਤ ਨੂੰ ਥੋੜਾ ਸਮਝਣਾ ਚਾਹਾਂਗੇ ਜਦੋਂ ਚੋਣ ਇਲੈਕਸ਼ਨ ਦਾ ਵਿਗੜ ਵੱ ਚੁੱਕਿਆ ਕੋਈ ਦੇ ਚਤੇ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਲੰਬੀ ਦੇਰ ਕੋਈ ਪਾਰਟੀ ਰਾਜ ਕਰਦੀ ਆ ਤੇ ਉਹਨਾਂ ਨੂੰ ਐਂਟੀ ਇਨਕੰਬੈਂਸੀ ਤੇ ਫੇਸ ਕਰਨੀ ਪੈਂਦੀ ਆ ਪਰ ਇੱਕ ਹਾਲਾਤ ਬੜੇ ਅਜੀਬ ਜਿਹੇ ਕਿਸਮ ਦੇ ਬਣਿਆ ਉਹਦੇ ਚ ਅਕੈਡਮਿਕਸ ਵਿੱਚ ਇੱਕ ਟਰਮ ਆ ਪੋਸਟ ਟਰੂਥ ਜਾਣੀ ਸੱਚ ਤੋਂ ਵੀ ਗਾਂ ਦਾ ਸੱਚ ਜਿਹੜਾ ਮੈਨੂਫੈਕਚਰਡ ਸੱਚ ਤੁਸੀਂ ਕਹੋ ਕਿ ਸੱਚ ਜਿਹੜਾ ਸਾਰਾ ਕੁਝ ਕਾਲਾ ਕਾਲਾ ਹੁੰਦਿਆਂ ਹੋਇਆਂ ਕੋਈ ਇਹੋ ਜਿਹਾ ਲਿਸ਼ਕੋਰਾ ਪਾਉਣਾ ਕਿ ਉਹ ਸਾਰਾ ਚਿੱਟਾ ਦਿਖੇ ਤੁਹਾਨੂੰ ਦਿਖੇਗਾ ਹਾਂ ਯਾਰੇ ਤੇ ਬੜਾ ਸਾਫ ਸੁਥਰਾ ਕੰਮ ਆ ਪਰ ਜੇ ਉਹ ਤੁਸੀਂ ਲਿਸ਼ਕੋਰਾ ਹਟਾ ਦੋ ਤਾਂ ਤੁਹਾਨੂੰ ਅਸਲੀਅਤ ਦਿਖੂਗੀ ਕਿ ਯਾਰੇ ਤੇ ਕਾਲਾ ਸੀ ਅਸੀਂ ਬੜੇ ਬੇਕੂਪ ਨੇ ਮੈਨੂੰ ਬਿਲਕੁਲ ਉਹੋ ਜੀ ਗੱਲ ਲੱਗਦੀ ਆ ਮੀਟਿੰਗ ਸੀਕ੍ਰੀਟ ਕਰਨੀ ਸੀ ਅਸੀਂ ਉਦੋਂ ਸਟੂਡੈਂਟ ਸੀਗੇ ਸਨ 72 ਦੀ ਗੱਲ ਆ ਤੇ ਸਰਦੀਆਂ ਦੀ ਜਨਵਰੀ ਦਾ ਮਹੀਨਾ ਉਹ ਨਾਲ ਦਾ ਗਏ ਉਧਰ ਜਾਈਏ ਲੁਕੀਏ ਉੱਥੇ ਪੁਲਿਸ ਆ ਸਕਦੀ ਆ ਉੱਥੇ ਜਾਈਏ ਉੱਥੇ ਪੁਲਿਸ ਆ ਸਕਦੀ ਆ ਲਿਸ਼ਕੋਰ ਦੀ ਗੱਲ ਕਰਦਾ ਵੀ ਕਿਵੇਂ ਬੰਦਿਆਂ ਨੂੰ ਇਹ ਪੋਸਟ ਟਰੁਥ ਵਾਲਾ ਭਲੇਖਾ ਇਹਨਾਂ ਇਲੈਕਸ਼ਨਾਂ 'ਚ ਵੀ ਪੈਂਦਾ ਉੱਥੇ ਅਸੀਂ ਉਹ ਨਾਲ ਦਾ ਮੁੰਡਾ ਸੀ ਕੋਟ ਪੈਂਟ ਉਹਨੇ ਵਾਹੇ ਪਾਇਆ ਸੀ ਪੰਡਤਾਂ ਦਾ ਮੁੰਡਾ ਸੀ ਉਹ ਸੂਆ ਸੀਗਾ ਤੇ ਜੈਂਦਰਮੈਨ ਦੀ ਰੋਸ਼ਨੀ ਦੇ ਵਿੱਚ ਹੈ ਲੱਗੇ ਕਿ ਰੜਾ ਮੈਦਾਨ ਸੁੱਕਾ ਕਹਿੰਦਾ ਇੱਥੇ ਮੀਟਿੰਗ ਕਰਦੇ ਆ ਲੋਕਗੇ ਸੂਵੇ ਦੇ ਵਿੱਚ ਹੈ ਪਾਣੀ ਵਾਲਾ ਉਹ ਸੀਗਾ ਪਾਣੀ ਕਿਤੇ ਲਿਚਕੋਰ ਮਾਰਦਾ ਸੀ ਅਜੀ ਮੀਟਿੰਗ ਤੇ ਕੀ ਕਰਨੀ ਸੀ ਸਿਆੜ ਦੇ ਦਿਨ ਸੀ ਉਹਨੂੰ ਹੀ ਬਚਾਉਣ 'ਚ ਲੱਗੇ ਰਹੇ ਵੀ ਇਹਦੇ ਕੋਟ ਬਦਲ ਹੋ ਗਏ ਭੇਜ ਗਿਆ ਸਾਰਾ ਤੇ ਮਰ ਜੂ ਠੰਡ ਦੇ ਨਾਲ ਪੰਡ ਤੇ ਸਾਡਾ ਨੇ ਕਹਿਣ ਦਾ ਉਹ ਵੀ ਲੀਡਰ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਅੱਜ ਤੇ ਜਮਾਨੇ 'ਚ ਅਸੀਂ ਕਰੀਏ ਤੇ ਆਮ ਬੰਦੇ ਨੇ ਜਿਹੜੇ ਵੋਟਰ ਨੇ ਫੈਸਲਾ ਕਰਨਾ ਉਹ ਪੋਸਟ ਟਰੁੱਥ ਜਿਹਨੂੰ ਮੈਂ ਕਹਿੰਨਾ ਉਹ ਮੈਨੂਫੈਕਚਰਡ ਜਿਹੜੀ ਸਚਾਈ ਹੈ ਹੈ ਨਹੀਂ ਲੱਗਣ ਲਾ ਦਿੰਦੇ ਜਿਚਾਉਣ ਲਾ ਦਿੰਦੇ ਆ ਤੁਸੀਂ ਮੈਨੂੰ ਦੇਖਿਆ ਨਾ ਮੈਂ ਇੱਕ ਚੈਨਲ ਤੇ ਵੀ ਖੜਾ ਸੀਗਾ ਉੱਥੇ ਗੱਲਾਂ ਬਾਤਾਂ ਇਹੋ ਜਿਹੀਆਂ ਹੀ ਮੈਂ ਕਰ ਰਿਹਾ ਉਹ ਉਹਦੀ ਵੀ ਇਹੀ ਅਬਜ਼ਰਵੇਸ਼ਨ ਸੀ ਮਹਿੰਗਾ ਕਰੀਏ ਕੀ ਇੱਥੇ ਜੋ ਮੀਡੀਆ ਹਾ 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 ਲਾ 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 ਇੱਕੋ ਹੀ ਪਾਸਾ ਦਿਖਾਈ ਜਾਣਾ ਦਿਖਾਈ ਜਾਣਾ ਦੂਜੇ ਤੇ ਬਲੈਂਕ ਹੋ ਜਾਣਾ ਜੇ ਤੇ ਦਿਖਣਾ ਜੋ ਜੋ ਸੁਣਨਾ ਆ ਤੇ ਉਹੀ ਫਿਰ ਲੋਕਾਂ ਨੇ ਖਰੀਦਣਾ ਜੋ ਦਿਖਤਾ ਹੈ ਉਸੋ बिकਤਾ ਹੈ ਇਹ ਤੇ ਮਸ਼ਹੂਰ ਗਾ ਹੈਗਾ ਕਹਿੰਦਾ ਕਹਾਵਤ ਹੈ ਤੋ ਜੋ ਦਿਖਤਾ ਹੈ ਵਹੀ बिकਤਾ ਹੈ ਜਿਹੜਾ ਦਿਖਿਆ ਹੀ ਨਹੀਂ ਮੱਟ ਚ ਪਾਇਆ ਉਹਨੂੰ ਤੇ ਉਹਦੇ ਤੱਕ ਪਹੁੰਚ ਹੀ ਨਹੀਂ ਉਹ ਜਿਹੜਾ ਬਾੜ ਖਲਾਰ ਕੇ ਰੱਖੋਗੇ ਉਹ ਹੀ ਖਰੀਦੂਗਾ ਖਲਾਰਿਆ ਆ ਮੋਦੀ ਨੇ ਆਪਣੀ ਦੁਕਾਨ ਖਲਾਰੀ ਆ ਕੇਜਰੀਵਾਲ ਨੇ ਖਲਾਰੀ ਆ ਤੇ ਕਾਲੀਆਂ ਦੀ ਨਹੀਂ ਉਹ ਨਹੀਂ ਲੱਗਦੀ ਕਿਤੇ ਅਜੇ ਤੇ ਠੰਡੀ ਦੁਕਾਨ ਹੈ ਸ਼ਾਇਦ ਉਹਨਾਂ ਨੂੰ ਕਿਤੇ ਪਨਸੋ ਹੋਊਗੀ ਕਿ ਚੋਣਾਂ 'ਚ ਸਾਡਾ ਪੰਜਾਬ ਦਾ ਨੰਬਰ ਤੇ ਲਾਸਟ ਵਿੱਚ ਹੀ ਆ ਪਹਿਲੀ ਜੂਨ ਨੂੰ ਵੀ ਇਹ ਨਾਕਾ ਇਹਨੂੰ ਪਹਿਲਾਂ ਹੀ ਕਹਾਂ ਮੈਂ ਫੇਲ ਫੂਕ ਕੇ ਬਹਿ ਜੀਏ ਹੌਲੀ ਹੌਲੀ ਕਰਾਂਗੇ ਤੇ ਬਾਕੀ ਲੱਗੇ ਆ ਸਾਰੇ ਕਾਂਗਰਸ ਵੀ ਲੱਗੀ ਹੋਈ ਹੈ ਜਿਹੜੀ ਤੁਸੀਂ ਗੱਲ ਕਹੀ ਨੇ ਸਭ ਤੋਂ ਪਹਿਲੀ ਗੱਲ ਮੈਂ ਉਸ ਨੂੰ ਕਨਕਲੂਡ ਕਰਾਂ ਕਿ ਇਹ ਜਿਹੜੀਆਂ ਚੋਣਾਂ ਸਚਾਈ ਦਾ ਨਾਟਕਾ ਨਹੀਂ ਜਿਹੜਾ ਤੁਸੀਂ ਮੈਨੂੰ ਸਵਾਲ ਕਰ ਰਹੇ ਆ ਜੀ ਮੈਂ ਲੰਮੀ ਕਹਾਣੀ ਤੋਂ ਛੋਟੀ ਕਰਾਂ ਕਿ ਇਹ ਸਚਾਈ ਦਾ ਨਾਟਕਾ ਤੇ ਤਾਂ ਹੋਵੇ ਜੇ ਹਰ ਪਾਰਟੀ ਮਾਂਡਰੀ ਦੇ ਨਾਲ ਆਪਣੇ ਸਾਰੇ ਕਾਰਡ ਖੋਲ ਕੇ ਲੋਕਾਂ ਦੇ ਸਾਹਮਣੇ ਰੱਖੇ ਇਹ ਬਣੀ ਤੇ ਡੈਮੋਕ੍ਰੇਸੀ ਇਸੇ ਕੰਮ ਲਈ ਆ ਉਹ ਆਪਣੀਆਂ ਗੱਲਾਂ ਦੱਸਣ ਲੋਕ ਤੁਹਾਨੂੰ ਜੱਜ ਕਰਨ ਇਸ ਤਰ੍ਹਾਂ ਵਿਰੋਧੀ ਪਾਰਟੀਆਂ ਉਹਨਾਂ ਦੇ ਬਖੀਏ ਦੇ ਹੇੜਨ ਤੇ ਆਪਣੇ ਸਾਰਾ ਪ੍ਰਚਾਰ ਕਰ ਹੁੰਦਾ ਇਹਦੇ ਇਸ ਤਰ੍ਹਾਂ ਨਹੀਂ ਹੈ ਜਿਹਦੇ ਕੋਲ ਨਹੀਂ ਵੀ ਆ ਥੋਥਾ ਚੰਨਾ ਵਾਜੇਗਾ ਨਾ ਉਹ ਜਿਹੜਾ ਗਨਾ ਵਜਦਾ ਜਿਆਦਾ ਵਜਦਾ ਜਿਹਦੇ ਕੋਲੇ ਅੱਲੇ ਪੱਲੇ ਕੁਛ ਨਹੀਂ ਉਹ ਹੀ ਵਿਖ ਜਾਂਦਾ ਤੁਹਾਨੂੰ ਵੀਡੀਓ ਚੱਕੀ ਤੁਰਿਆ ਜਾਂਦਾ ਚੱਕੀ ਲਾਈਵ ਹੈ ਜੀ ਹੁਣ ਆਹ ਲਾਈਵ ਹੈ ਜੀ ਹੁਣ ਉੱਥੋਂ ਲਾਈਵ ਹੋ ਰਿਹਾ ਜੀ ਦੂਜੇ ਦੀ ਸਪੇਸ ਖਾਈ ਜਾਂਦੇ ਉਹ ਜਦੋਂ ਟੀਵੀ ਖੋਲਦੇ ਉਹਨਾਂ ਦੇ ਮੂੰਹ ਥੋਪੜੇ ਨਜ਼ਰ ਆਉਂਦੇ ਆ ਚਾਰ ਪੰਜ ਲੀਟਰ ਆ ਸਾਰੇ ਦੇਸ਼ ਦੇ ਵਿੱਚ ਉਸ ਤਰ੍ਹਾਂ ਤੁਰੇ ਫਿਰਦੇ ਉਸ ਕਰਕੇ ਜਦੋਂ ਦਿਖਣਾ ਹੀ ਉਹ ਆ ਤੇ ਉਹੋ ਹੀ ਵਿਖਣਾ ਇਸ ਲਈ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ ਹੈ ਮੁੱਦਿਆਂ ਤੋਂ ਉਹਲੇ ਜਿਹੜੀ ਲੋਕਾਂ ਦੀ ਦਰਦ ਕੀ ਹੈ ਲੋਕਾਂ ਦੀ ਦਰਦ ਹੈ ਇਸ ਵੇਲੇ ਆ ਇਹ ਜਿਹੜੀ ਸੇਵ ਡੈਮੋਕ੍ਰੇਸੀ ਆ ਕਨਸਟੀਟਿਊਸ਼ਨ ਬਚਾਓ ਇਹ ਹਮਾ ਤੁਮਾ ਦੀ ਗੱਲ ਨੂੰ ਕਹਿੰਦੇ ਕਨਸਟੀਟਿਊਸ਼ਨ ਨੂੰ ਅੱਗ ਲੱਗੀ ਕਨਸਟੀਟਿਊਸ਼ਨ ਕਿੱਥੇ ਭਜਾ ਜਾਂਦਾ ਓਏ ਡੈਮੋਕ੍ਰੇਸੀ ਇਸੇ ਤਰ੍ਹਾਂ ਦੀ ਸੀ ਹਾਂ ਸੇਵ ਡੈਮੋਕ੍ਰੇਸੀ ਕੀ ਲੋਕਾਂ ਦੇ ਮੁੱਦੇ ਨਹੀਂ ਹੈਗੇ ਲੋਕ ਮੁੱਦੇ ਕੀ ਆ ਮੇਰੇ ਤੇ ਨਿਆਣੇ ਦਾ ਬੁਰਾ ਹਾਲ ਆ ਉਹ ਦੇ ਰਲ ਗਿਆ ਨਸ਼ੀੜੀਆਂ ਨਾਲ ਰਲ ਗਿਆ ਉਹ ਤੇ ਕੁਝ ਨਹੀਂ ਆ ਜੇ ਮਾਸਟਰ ਆਉਂਦੇ ਹੀ ਨਹੀਂ ਸਕੂਲ ਦੇ ਵਿੱਚ ਕੀ ਕਰੀਏ ਅੱਜ ਫੇਰ ਛੁੱਟੀ ਆ ਘਰੇ ਬੈਠੀ ਆ ਕੁੜੀ ਮੇਰੀ ਇਹ ਗੱਲਾਂ ਕਰਕੇ ਦੇਖ ਲਓ ਤੁਸੀਂ ਬਾਹਰ ਕੀ ਦੱਸਦੇ ਹੋ ਇਹ ਹਾਲਾਤ ਉਹ ਗਏ ਸੀ ਕਿ ਬੀਬੇ ਬਿਮਾਰ ਸੀਗੀ ਉੱਥੇ ਅਸੀਂ ਫੜ ਲੈ ਕੇ ਗਏ ਉਹ ਕਹਿੰਦੇ ਜੀ ਕੱਲ ਨੂੰ ਆਇਓ ਅੱਜ ਤੇ ਇੱਥੇ ਸਾਡਾ ਕੰਪਿਊਟਰ ਖਰਾਬ ਆ ਬੀਮਾਰੀ ਅਗਲੇ ਆਦੇ ਨਾਲ ਅਗਲਾ ਕਿਤੇ ਬਾਦੋ ਪ੍ਰਾਈਵੇਟ ਦੇ ਚਲੇ ਜਾਂਦਾ ਨਾਲ ਦੇ ਉਹ ਕਹਿੰਦਾ ਯਾਰ ਲਾਜ ਦਾ ਅੱਜ ਲੋੜ ਮੈਂ ਕੰਪਿਊਟਰ ਦੇਖਣਾ ਕਿ ਬੀਬੇ ਨੂੰ ਦੇਖਣਾ ਇਹ ਜਿਹੜੀਆਂ ਲੋਕਾਂ ਦੀਆਂ ਦੁਸ਼ਵਾਰੀਆਂ ਦੁੱਖ ਦਰਦ ਜਿਹੜੇ ਲੋਕਾਂ ਦੇ ਆ ਅੰਦਰੋਂ ਪ੍ਰੋਬਲਮ ਆ ਉਹਦੇ ਤੇ ਕਦੀ ਚਰਚਾ ਨਹੀਂ ਹੁੰਦੀ ਹੈ ਨਾ ਪਾਰਟੀਆਂ ਲੈ ਕੇ ਆਉਂਦੀਆਂ ਨਾ ਵਿਰੋਧੀ ਪਾਰਟੀਆਂ ਲੈ ਕੇ ਆਉਂਦੀਆਂ ਨਾ ਰੂਲਿੰਗ ਪਾਰਟੀ ਉੱਥੇ ਹੋਰ ਹੀ ਇਹ ਇੱਕ ਸਾਈਕੋਫੈਂਸੀ ਦੀ ਮਤਲਬ ਤੁਸੀਂ ਕਹਿ ਲਓ ਕਿ ਜਿਹਨੂੰ ਕਹਿੰਦੇ ਆ ਚਾਪਲੂਸੀਆਂ ਦੀ ਪਰਮਾਰਿਆ ਜਾਂ ਪਖੰਡਵਾਦ ਦੀ ਪਰਮਾਰਿਆ ਇਸ ਕਿਸਮ ਦੀ ਪਰਮਾਰ ਜਾਦਾ ਆ ਤੁਸੀਂ ਕਾਂਗਰਸ ਦੇ ਪ੍ਰੋਗਰਾਮ ਦੇਖ ਲਏ ਉਹਨਾਂ ਨੇ ਦੀਬੀਆਂ ਲਈ ਪੰਜ ਗਰੰਟੀਆਂ ਦਿੱਤੀਆਂ ਨੌਜਵਾਨਾਂ ਲਈ ਅੱਜ ਮਜ਼ਦੂਰਾਂ ਲਈ ਵੀ ਲੇਟੈਸਟ ਗਰੰਟੀ ਦੇਤੀ ਆ ਨੌਜਵਾਨਾਂ ਨੇ ਦੀ ਕਿਉਂਕਿ ਬੋਟਾਂ ਆ ਨੌਜਵਾਨਾਂ ਦਾ ਕਾਫੀ ਬੋਟਾਂ ਹੈ ਗਿਆ ਜਿਹੜੀ ਛੋਟੀ ਉਮਰ ਤੇ ਪਹਿਲੀ ਵਾਰੀ ਮੇਰਾ ਖਿਆਲ ਡੇਢ ਦੋ ਪਾਉਨੇ ਦੋ ਕਰੋੜ ਤੇ ਪਹਿਲੀ ਵਾਰੀ ਜਿਨ੍ਹਾਂ ਨੇ ਵੋਟ ਪਾਉਣੀ ਹੈ ਇੰਨੀ ਵੱਡੀ ਗਿਣਤੀ ਇਸ ਤਰ੍ਹਾਂ ਉਹਨਾਂ ਸਾਰਿਆਂ ਲਈ ਗਰੰਟੀਆਂ ਚਾਰ ਪੰਜ ਕਿਸਮ ਦੀਆਂ ਹੁਣ ਚੋਣ ਮੈਨੀਫੈਸਟੋ ਮਨੋਰਥ ਪੱਤਰ ਦੀ ਨਹੀਂ ਗੱਲ ਕਰਦੇ ਉਹ ਕਹਿੰਦੇ ਯਾਰ ਹਰ ਚੀਜ਼ ਜਿ ਇਸ ਤਰ੍ਹਾਂ ਇਨਸਟੈਂਟ ਆ ਹੈਨਾ ਇਹ ਚਾ ਵੀ ਇਨਸਟੈਂਟ ਆ ਅੱਗੇ ਪਹਿਲਾਂ ਇਸ ਤਰ੍ਹਾਂ 바ਵਾ ਤੜਕਾ ਲਾਉਂਦੇ ਉਹ ਹੁਣ ਮਸ਼ੀਨ ਚੋਂ ਕੱਢਦੇ ਆ ਘਾਦੇ 10 ਰੁਪਏ ਗਾਂ ਜਾਓ ਜਿਹੜਾ ਗੱਤੇ ਵਾਲਾ ਕਾਗਜ਼ ਦਾ ਬਣਿਆ ਵਾ ਗਲਾਸ ਜਿਹਾ ਉੱਥੇ ਸੁੱਟ ਦੇ ਰਾਜ ਨਾ ਖਲਾਰੀ ਉਹ ਡੱਬੇ ਚ ਪਾ ਬਸ ਗੱਲ ਖਤਮ ਇਨਸਟੈਂਟ ਭਾਂਡੇ ਮਾਂਜਣ ਦੀ ਲੋੜ ਨਹੀਂ ਚਾ ਵੀ ਤੁਰੰਤ ਫੜਾਤੀ ਇਹੀ ਕੰਮ ਸਾਰੇ ਪਾਸੇ ਹੋਇਆ ਹਰ ਚੀਜ਼ ਇਨਸਟੈਂਟ ਹੈ ਕਿ ਉਹ ਗਰੰਟੀਆਂ ਵੀ ਇੱਕ ਇਨਸਟੈਂਟ ਹੈ ਕਿਹੜਾ ਪੜੂਗਾ ਕਿਹੜਾ ਨਹੀਂ ਆ ਗਰੰਟੀ ਆ ਉਹ ਜਿੰਨੂੰ ਪਤਾ ਵੀ 12000 ਰੁਪਿਆ ਸਾਲ ਦਾ ਕੇਜਰੀਵਾਲ ਨੇ ਕਹਤਾ ਉਹ ਵੇਚ ਕੇ ਖੀ ਜਾਊਗਾ ਹਾਂ ਵੀ ਬੋਲ ਤੇ ਪਾਈਓ ਕੀ ਪਤਾ ਮਿਲੇ ਹੀ ਜਾਏ ਪਰ ਇਹ ਕਿਸੇ ਨੇ ਨਹੀਂ ਪੁੱਛਣਾ ਵੀ ਪੰਜਾਬ ਚ ਦੇ ਦਿੱਤਾ ਨਹੀਂ ਤੇ ਦਿੱਲੀ ਚ ਕਿੱਥੋਂ ਦੇਣਾ ਇਹ ਕਾਂਗਰਸ ਕਹਿੰਦੀ ਆ ਵੀ ਅਸੀਂ ਦੇਾਂਗੇ 1 ਲੱਖ ਉਹ ਜੇ ਵੀ ਉਹਨਾਂ ਦਾ ਟੋਪੀ ਵਾਲੇ ਝਾੜੂ ਵਾਲਿਆਂ ਦਾ ਬਣਦਾ ਹੈ 1 ਲੱਖ 20 ਹਜ਼ਾਰ ਹੈ ਆਮ ਆਦਮੀ ਪਾਰਟੀ ਦਾ ਤੇ ਇਹ ਕਹਿੰਦੇ ਅਸੀਂ ਤੇ ਦੇਾਂਗੇ 1 ਲੱਖ ਤੇ ਦੇਾਂਗੇ ਵੀ ਕਾਂਗਰਸ ਵਾਲੇ ਕਹਿੰਦੇ ਅਸੀਂ ਬੀਬੀਆਂ ਨੂੰ ਉਸ ਤਰ੍ਹਾਂ ਇਸ ਕਿਸਮ ਦੀ ਰੇਸ ਲੱਗੀ ਆ ਗੱਲ ਸਮਝੇ ਤੁਸੀਂ ਪ੍ਰਧਾਨ ਮੰਤਰੀ ਕਹਿੰਦਾ ਮੈਂ 80 ਕਰੋੜ ਗਿਆ ਕੇ 80 ਕਰੋੜ ਲੋਕਾਂ ਨੂੰ ਰਾਸ਼ਨ ਦੇਣਾ ਗੈਸ ਦੀ ਮੈਂ ਕੀਮਤ 100 ਰੁਪਿਆ ਹੋਰ ਥੱਲੇ ਕਰ ਦੇਣਾ ਤੇ ਸਿਲੰਡਰ ਦੀ ਸਵਾਣੀਆਂ ਨੂੰ ਰਾਹਤ ਆ 2 ਰੁਪਏ ਪੈਟਰੋਲ ਦੀ ਘਟਾ ਦੇਣਾ ਇਹ ਕੋਈ ਕਹਿੰਦਾ ਹੀ ਨਹੀਂ ਪੁੱਛਦਾ ਨਹੀਂ ਵੀ ਤੁਸੀਂ 97 ਆ ਤੇ 100 ਤੱਕ ਕਰਤੀ ਸੀਗੀ ਉਹ ਕਿੰਨੇ ਕੀਤੀ ਸੀਗੀ 45 50 ਮੈਂ 55 ਤੋਂ ਕੋਈ ਸਸਤੇ ਤੋਂ ਸਸਤਾ ਅੱਜ ਵੀ ਰੂਸ ਤੋਂ ਸਸਤਾ ਤੇਲ ਮਿਲਿਆ ਉਹ ਕਦੀ ਦਿੱਤਾ ਹੀ ਨਹੀਂ ਅੱਜ ਵੀ ਤੁਸੀਂ ਫਾਇਦਾ ਤੁਸੀਂ ਇਹ ਦੱਸੋ ਵੀ ਜਿਹੜਾ ਪਹਿਲਾ ਸਿਲੰਡਰ ਇੰਨਾ ਜਿਹੜਾ ਵਾਧੂ ਪੈਸਾ ਉਹ ਕਿਹਨੂੰ ਦਿੱਤਾ ਅਡਾਨੀ ਨੂੰ ਦਿੱਤਾ ਓएनजीसी ਨੂੰ ਦਿੱਤਾ ਆਪ ਖਾ ਲੇ ਕਿੱਧਰ ਗਿਆ ਸੀ ਉਹ ਪੈਸਾ ਜਿਹੜਾ ਹੁਣ ਤੁਸੀਂ ਘਾਟੇ ਹੁਣ ਘਾਟੇ ਦੀ ਥੋੜੀ ਜਾ ਰਹੇ ਆ ਜੇ ਸਿਲੰਡਰ ਥੱਲੇ ਨੂੰ ਆ ਰਿਹਾ 1100 ਰੁਪਏ ਤੋਂ 800 ਤੇ ਆ ਜਾਊਗਾ ਜਾਂ 650 ਤੇ ਆ ਜਾਊਗਾ ਇਹਦਾ ਮਤਲਬ ਉਹ ਮੋٹے ਗੱਫੇ ਕਿਤੇ ਲਵਾਏ ਆ ਫਿਲਿਸ ਕੁਵਿੰਦਰ ਫੜਾ ਅਜੀਬ ਢੰਗ ਨਾਲ ਅਜੀਬ ਮਹਲਾਤਾਂ ਚ ਇਲੈਕਸ਼ਨ ਹੋਣ ਜਾ ਰਹੀ ਹੈ ਸਾਡੇ ਕੋਲ ਜਿਸ ਤਰ੍ਹਾਂ ਕਈ ਵਾਰੀ ਬੰਦਿਆਂ ਨੂੰ ਚਾਹ ਤੇ ਬਹੁਤ ਚੜਿਆ ਹੁੰਦਾ ਵਿਆਹ ਕਰਾਉਣ ਦਾ ਵਿਆਹ ਕਰਾਉਣਾ ਵਿਆਹ ਕਰਾਉਣਾ ਹੈ ਨਾ ਕੁੜੀਆਂ ਮੁੰਡਿਆਂ ਨੂੰ ਹੋ ਜਾਂਦਾ ਘਰਦਿਆਂ ਨੇ ਵੀ ਆਪਣੀ ਜ਼ਿੰਮੇਵਾਰੀ ਲੈਣੀ ਦੀ ਪਤਾ ਉਦਣ ਲੱਗਦਾ ਜਦੋਂ ਵਿਆਹ ਦੇ ਇਨਸਟੀਚੂਨ ਚ ਫਸ ਜਾਂਦਾ ਉਹ ਨਾ ਭੱਜ ਹੁੰਦਾ ਪੱਜੀ ਥੱਕਦੇ ਹੀ ਨਹੀਂ ਤੁਸੀਂ ਕਹਿੰਦੇ ਸਮਾਜ ਦਾ ਦਵਾਈ ਇੰਨਾ ਹੁੰਦਾ ਫਿਰ ਕੋਈ ਕੰਪਲੈਕਸ ਹੁੰਦਾ ਇਹ ਆਪਾਂ ਚੂਣਾ ਵੀ ਡੈਮੋਕ੍ਰੇਸੀ ਵੀ ਇਹੋ ਜੇ ਫਸੇ ਹੋਏ ਆ ਨਾ ਭੱਜ ਕੇ ਜਾਓਗੇ ਕਿਤੇ ਦਰਖਤੇ ਚੜਜੋਗੇ ਵੀ ਸਾਨੂੰ ਨਹੀਂ ਲੋੜ ਇਹ ਬੰਤਿਆਂ ਦੀ ਇਹਨਾਂ ਨੂੰ ਮਾਰੋ ਗੋਲੀ ਅਸੀਂ ਤੇ ਦਰਖਤ ਤੇ ਰਿਆ ਕਰਨ ਕੁਝ ਨਹੀਂ ਆ ਇਹੋ ਜਿਹਾ ਮਜਬੂਰੀ ਹੈ ਹਲਾ ਲਾਲਾ ਹੋਣੀ ਆ ਮੋਦੀ ਜੀ ਆਪਣੀ ਕਰੀ ਜਾਂਦੇ ਆ ਉਹਨਾਂ ਕੋਲ ਸਾਧਨ ਬਹੁਤ ਆ ਤੇ ਤੁਸੀਂ ਬਾਕੀ ਆ ਦੇਖ ਹੀ ਲਿਆ ਕਾਫੀ ਪੀਚ ਕੱਸੀ ਹੋਇਆ cjai ਨੇ d by gender suit ਨੇ ਤੇ ਉਹਦੇ ਚ ਤੁਸੀਂ ਰੋਜ਼ ਖ਼ਬਾਰਾਂ ਭਰੀਆਂ ਪਈਆਂ ਹਾਂ ਉਹਦੇ ਆਧਾਰ ਤੇ ਦੱਸੋ ਕਿਹੋ ਜੀਆਂ ਚੋਣਾਂ ਹੋਣੀਆਂ ਜਗਵਿੰਦਰ ਤੁਸੀਂ 100 ਲਾਟਰੀ ਵਾਲੇ ਤੋਂ ਬੰਦੇ ਤੋਂ ਕਿੰਨੇ ਲੈ ਲਏ ਪੈਸੇ ਇਹਨਾਂ ਨੇ 1300 ਕਰੋੜ ਤੋਂ ਉੱਪਰ ਉੱਪਰ ਇੱਕ ਮਾੜੀ ਜੀ ਈਡੀ ਭੇਜੀ ਉਹ ਇਹੋ ਜਿਹਾ ਡਰਿਆ ਬੰਦਾ ਉਹਨੇ 190 ਕਰੋੜ ਤੇ ਇੱਕ ਮਹੀਨੇ ਚ ਹੀ ਦੇ ਦਿੱਤੇ 190 ਕਰੋੜ ਇੱਕੋ ਹੀ ਮਹੀਨੇ ਚ ਆ ਜੀ ਈਡੀ ਭੇਜੀ ਅਗਲੇ ਮਹੀਨੇ ਚ ਆ ਚੱਕੋ ਪੈਸੇ ਉਹ ਇੱਕ ਹੋਰ ਇਸੇ ਤਰੀਕੇ ਨਾਲ ਹੈਗਾ ਦੋ ਤਿੰਨ ਜਿਹੜੇ ਟਾਪ ਦੇ ਕੰਟਰੀਬਿਊਟਰ ਆ ਪੰਜਾਂ ਚੋਂ ਉਹਨਾਂ ਨੂੰ ਈਡੀ ਭੇਜ ਕੇ ਹੀ ਪੈਸੇ ਇਕੱਠੇ ਕਰ ਲਿਆ। ਇਹਨੂੰ ਤੁਸੀਂ ਕੀ ਕਹੋਗੇ? ਹੁਣ ਇਹ ਜੇ ਤੇ ਕੋਈ ਗੈਂਗਸਟਰ ਕਰੇ ਤਾਂ ਉਹਨੂੰ ਤੇ ਬਦਮਾਸ਼ੀ ਕਹਿੰਦੇ ਆ। ਜੇ ਸਰਕਾਰਾਂ ਦੇ ਬੰਦੇ ਕਰਨ ਫਿਰ ਕੀ ਕਹੋਗੇ? ਇਹ ਤੇ ਤੁਸੀਂ ਆਪ ਹੀ ਕੋਈ ਨਵਾਂ ਸ਼ਬਦ ਖੱਡ ਲਓ। ਆਹ ਕੁਝ ਦੇਸ਼ ਦੇ ਵਿੱਚ ਜਦੋਂ ਇੰਨਾ ਵੱਡਾ ਪੈਸਾ ਕਾਂਗਰਸ ਨਾਲੋਂ 6 ਗੁਣਾ ਜ਼ਿਆਦਾ ਪੈਸਾ ਇਕੱਠਾ ਕੀਤਾ ਭਾਜਪਾ ਨੇ। ਤੇ TMC ਤਕਰੀਬਨ ਬਰਾਬਰੀ ਹੈ ਕੀ ਆ ਉਹਦੇ। ਕਾਂਗਰਸ ਦੀਆਂ ਵੋਟਾਂ ਹੈਗੀਆਂ ਆ ਕਾਫੀ ਉਹਦੇ ਨਾਲੋਂ ਜ਼ਿਆਦਾ ਮੇਰਾ ਖਿਆਲ 20% ਪਿਛਲੀ ਵਾਰੀ ਪਈਆਂ 52 ਸੇਟਾਂ ਕਾਂਗਰਸ ਦੀਆਂ ਆਈਆਂ ਸੀ 303 37 38% ਵੋਟਾਂ ਪਈਆਂ ਭਾਜਪੀ ਨੂੰ ਤੇ ਉਹਨਾਂ ਦੀਆਂ 303 ਸੀਟਾਂ ਆਈਆਂ ਤੇ TMC ਦੀਆਂ ਥੋੜੀਆਂ ਜਿਹੀਆਂ ਵੋਟਾਂ ਆ ਸੀਟਾਂ ਤੇ ਚਲੋ ਸ਼ਾਇਦ ਠੀਕ ਠਾਕ ਹੀ ਹੋਣਗੀਆਂ ਉਹ ਵੀ ਬਰਾਬਰ ਦਾ ਉਹ ਨੈਸ਼ਨਲ ਪਾਰਟੀ ਇੰਨੀਆਂ ਵੋਟਾਂ ਲੈ ਕੇ ਉਹਨਾਂ ਨਾਲੋਂ ਮੇਰਾ ਕੱਲ 6ਵਾਂ 7ਵਾਂ ਹਿੱਸਾ ਵੋਟਾਂ ਲੈ ਕੇ ਫਿਰ ਵੀ ਇੰਨਾ ਪੈਸਾ ਇਹ ਜਿਹਦਾ ਜਿੱਥੋਂ ਦਾ ਲੱਗੀ ਜਾਂਦਾ ਤੁਸੀਂ ਜਾ ਕੇ ਜਦੋਂ ਅੰਕੜਿਆਂ ਨੂੰ ਧਿਆਨ ਨਾਲ ਦੇਖੋਗੇ ਤਾਂ ਪਤਾ ਇਹ ਲੱਗਦਾ ਆ ਕਿ ਆ ਹੁਣੇ ਹੀ ਰਜੀਵ ਕੁਮਾਰ ਜੀ ਤੁਸੀਂ ਕਹਾਣੀ ਲੰਬੀ ਸੁਣ ਲਈ ਸਵਾ ਘੰਟਾ ਬੋਲਿਆ ਡੇਢ ਘੰਟਾ ਫਿਰ ਲੋਕਾਂ ਨੇ ਆ ਕੇ ਟੀਵੀ ਵਾਲਿਆਂ ਨੇ ਕਿਹਾ ਯਾਰ ਸਾਜ ਦੇ ਹਟਦਾ ਹੀ ਨਹੀਂ ਬੋਲਣਾ ਲਾਈਵ ਨੂੰ ਬੰਦ ਕਰਕੇ ਆਪਣੇ ਪ੍ਰੋਗਰਾਮ ਦੇਣੇ ਸ਼ੁਰੂ ਕੀਤੇ ਉਦੇ ਚ ਉਹਦਾ ਇਹੀ ਕਹਿਣਾ ਸੀਗਾ ਕਿ ਅਸੀਂ ਤਾਂ ਬਹੁਤ ਵਧੀਆ ਇਲੈਕਸ਼ਨ ਦੁਨੀਆ ਦੀ 97 ਕਰੋੜ ਵੋਟਰ ਆ ਆ ਬੀਬੀਆਂ ਲਈ ਆ 85 ਸਾਲ ਤੋਂ ਉੱਪਰ ਵਾਲਿਆਂ ਲਈ ਘਰੋਂ ਵੀ ਵੋਟ ਪਾ ਦੇਣਗੇ ਬੰਦਾ ਜਾਊ ਵੋਟ ਪਵਾ ਲਿਆਊ ਬੇਬੇ ਕੋਲੋਂ ਭਾਈਏ ਕੋਲੋਂ ਇਹ ਸਾਰਾ ਕੁਛ ਇੰਨਾ ਕੁਛ ਉੱਥੇ ਉਹਨਾਂ ਨੇ ਪਰਮਤ ਕੀਤਾ EVM ਦੀ ਵੀ ਗੱਲ ਕੀਤੀ ਲੈ ਜੀ ਇਹ ਤਾਂ ਫੂਲ ਪ੍ਰੂਫ ਐਵੇਂ ਲੋਕ ਡੱਬੇ ਖੜਕਾਈ ਜਾਂਦੇ ਆ ਕਰੀ ਉਧਰੋਂ ਲੈ ਆਉਂਦੇ ਕਹੇ ਉਧਰੋਂ ਲੈਂਦੇ ਇਹਦੇ ਵਰਗੀ ਕੋਈ ਚੀਜ਼ ਨਹੀਂ ਸਾਰਾ ਕੁਝ ਕਰਕੇ ਆਪਾਂ ਸਾਰਾ ਦੇਖ ਲਿਆ ਨਾ ਹੁਣ ਇਸ ਮਹੌਲ ਚ ਦੇਸ਼ ਚ ਐਡੀ ਵੱਡੀ ਡੈਮੋਕ੍ਰੇਸੀ ਜਿਹੜੀ ਆ ਉਸ ਚੋਣਾਂ ਚ ਉਤਰ ਰਹੀ ਹੈ ਜਿਹਦੇ ਚ ਉਹਨੇ ਕਿਹਾ Rajiv Kumar ਨੇ ਮਣੀ ਤੇ ਮਸਲ ਪਾਵਰ ਤੇ ਅਸੀਂ ਚੱਲਣੀ ਨਹੀਂ ਦੇਵਾਂਗੇ ਕਾ ਹੈ ਦੇਖੋ ਇਹ ਹੈ ਕਿ ਅੱਲੇ ਪੱਲੇ ਤੁਹਾਡੇ ਇਹ ਦੋਵੇਂ ਤੁਹਾਡੇ ਸਾਹਮਣੇ ਚੱਲਣਗੇ ਇੱਕ ਜਰਨਲਿਸਟ ਨੇ ਕਹਿਤਾ ਥੱਲਿਓ ਭਾਈ ਤੁਸੀਂ ਜਦੋਂ ਮੋਦੀ ਜੀ ਕੁਝ ਕਰਦੇ ਆ ਉਹ ਨੈਸ਼ਨਲ ਹੈਰਲਡ ਦਾ ਜਰਨਲਿਸਟ ਸੀਗਾ ਪੀ ਜੇਦਾ ਮੋਦੀ ਜੀ ਕੁਝ ਗਲਤੀ ਕਰਦੇ ਉਹਨੂੰ ਤੇ ਮਾਫ ਕਰ ਦਿੰਦੇ ਨੇ ਦੂਜਿਆਂ ਨੂੰ ਚੱਕ ਕੇ ਤੁਸੀਂ ਸਸਪੈਂਡ ਕਰ ਦਿੰਦੇ ਆ ਫਿਰ ਤੁਸੀਂ ਕਹਿੰਦੇ ਅਸੀਂ 300 350 ਕਰੋੜ ਰੁਪਈਆ ਪਤਾ ਨਹੀਂ ਇੰਨਾ ਵੱਡਾ ਅਮਾਉਂਟ ਪਿਛਲੀ ਵਾਰੀ ਇਲੈਕਸ਼ਨਾਂ ਚ ਫੜਿਆ ਕਿ ਜੇਲ੍ਹ ਚ ਕਿੰਨੇ ਦਿੱਤੇ ਉਹ ਤੇ ਦੱਸਦੇ ਨਹੀਂ ਉਹਦਾ ਮਤਲਬ ਇਹ ਆ ਵੀ ਪੈਸਾ ਸਰਕਾਰੀ ਖਜ਼ਾਨੇ ਚ ਆ ਗਿਆ ਇੰਨਾ ਪੈਸਾ ਬਸ ਬਹੁਤ ਐਨੀ ਸਜਾਈ ਹੁੰਦੀ ਤੁਸੀਂ ਰੋਕਿਆ ਕੀ ਪੈਸਾ ਹੀ ਫੜਿਆ ਨਾ ਸਜ਼ਾ ਕੀ ਦਿੱਤੀ ਐਡੀ ਵੱਡੇ ਅਫੈਂਸ ਨਾ ਤੁਸੀਂ ਮਸਲ ਪਾਵਰ ਰੋਕ ਸਕਦੇ ਆ ਨਾ ਮਨੀ ਰੋਕ ਸਕਦੇ ਆ ਗੱਲਾਂ ਮਾਰ ਕੇ ਉਨ ਜੇ ਤਾਂ ਇਲੈਕਸ਼ਨ ਕਮਿਸ਼ਨ ਹੀ ਇਹੋ ਜਿਹਾ ਹੋਊਗਾ ਔਰ ਉਹ ਉਹ ਵੀ ਪੋਸਟ ਟਰੁੱਥ ਜਿਸ ਤਰ੍ਹਾਂ ਮੈਂ ਕਾਲੇ ਨੂੰ ਸਾਫ਼ ਕਰਕੇ ਕੂਚੀ ਫੇਰ ਕੇ ਦਿਖਾ ਦੂਗਾ ਸਾਫ਼ ਆ ਓਏ ਜੀ ਚਿੰਤਾ ਨਾ ਕਰੋ ਦੇਣੀ ਆ ਰਾ ਕੋਈ ਗੱਲ ਨਹੀਂ ਇਹ ਮੈਂ ਕਿਹਾ ਅਸੀਂ ਬਸ ਮੈਂ ਤੇ ਮੇਰਾ ਤੇ ਜਦੋਂ ਸਾਰੀਆਂ ਗੱਲਾਂ ਨੂੰ ਧਰਤਲ ਤੇ ਸੋਚਦਾ ਭਈ ਲੋਕ ਕੀ ਚਾਹੁੰਦੇ ਆ ਲੋਕਾਂ ਦਾ ਦੁੱਖ ਦਰਦ ਕੀ ਹੈ ਮੈਂ ਸਮਰੀ ਮੈਂ ਬੰਦ ਕਰਨ ਲੱਗਾ ਤੁਹਾਡੇ ਸਵਾਲ ਲੈਣੇ ਆ ਲੋਕ ਕੀ ਚਾਹੁੰਦੇ ਆ ਲੋਕਾਂ ਦਾ ਦੁੱਖ ਦਰਦ ਕੀ ਆ ਉਹਨਾਂ ਦੇ ਮੁੱਦੇ ਕੀ ਆ ਉਹਨਾਂ ਦੇ ਨਿਆਣਿਆਂ ਦੇ ਮੁੱਦੇ ਕੀ ਆ ਉਹਨਾਂ ਦੇ ਬਜ਼ੁਰਗਾਂ ਦੇ ਔਰਤਾਂ ਦੇ ਮੁੱਦੇ ਕੀ ਆ ਦਲਤਾਂ ਦੇ ਮੁੱਦੇ ਕੀ ਪਿੰਡੂਆਂ ਦੇ ਤੇ ਸ਼ਹਿਰੀਆਂ ਦੇ ਮੁੱਦੇ ਕੀ ਆ ਲੱਗ ਲੱਗ ਹੈਗੇ ਫੈਕਟਰੀਆਂ 'ਚ ਕੰਮ ਕਰਦੇ ਵਰਕਰਾਂ ਦੇ ਮੁੱਦੇ ਕੀ ਹੈਗੇ ਇਹ ਸਾਰੇ ਅਲੱਗ-ਅਲੱਗ ਕਿਸ ਕੋਈ ਡਿਬੇਟ ਹੁੰਦੀ ਆ ਕਿਸੇ ਕਿਸਮ ਦੀ ਛੋਛੇ ਬਾਜੀ ਤੇ ਛੁਣਛਣੇ ਬਾਜੀ ਹੋਣੀ ਆ ਇੱਥੇ ਤੁਹਾਡੇ ਸਾਹਮਣੇ ਤੂੰ 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 ਵਾ ਚੱਕਿਆੜਾ ਸਾਨੂੰ ਬੋਰ ਕਰਨਾ ਕਿੰਨੇ ਦਿਨ 19 ਅਪ੍ਰੈਲ ਨੂੰ ਪਹਿਲਾ ਫੇਜ ਤੇ 1 ਜੂਨ ਨੂੰ ਲਾਸਟ ਜੇ ਐਤ ਕੀ ਧੁੱਕੀ ਨਾ ਕੱਢ ਦਿੱਤੀ ਤੇ ਪਿਛਲੀ ਵਾਰ ਨੂੰ ਪਿਛਲੀ ਵਾਰੀ 10 ਤਰੀਕ ਨੂੰ ਨਾ ਉਸ ਹੋਈਆਂ ਚੋਣਾਂ 10 ਮਾਰਚ ਨੂੰ ਐਤ ਕੀ ਹੋਈਆਂ 16 ਮਾਰਚ ਆ 16 ਮਾਰਚ ਨੂੰ ਹੋਈਆਂ ਐਤ ਹਾਂ ਐਤ ਕੀ ਹੋਈਆਂ 16 ਮਾਰਚ ਨੂੰ ਤਾਂ ਜਿਹੜੀਆਂ ਚੋਣਾਂ ਤਾਂ ਜਿਹੜੀ ਲਾਸਟ ਪਿਛਲੀ ਵਾਰੀ ਤੇ ਮੈਂ ਕਿਹਾ 25 ਨੂੰ ਜਾਂ 23 ਮਈ ਨੂੰ ਅਨਾਉਂਸਮੈਂਟ ਹੋ ਗਈ ਸੀ ਰਿਜ਼ਲਟਾਂ ਦੀ ਐਤ ਕੀ ਹੁੰਨੀ ਆ 4 ਜੂਨ ਨੂੰ ਮਤਲਬ ਤੁਸੀਂ حساب ਲਾ ਲਓ ਨਾ ਸਟ੍ਰੈਚ ਕਿੰਨਾ ਵਧਾਤਾ ਇੱਕ ਤੇ ਲੇਟ ਸ਼ੁਰੂ ਕੀਤਾ ਕਿ ਤੁਸੀਂ ਉਹਨੂੰ ਛੇਤੀ ਖਤਮ ਕਰੋ ਪਿਛਲੇ ਜਿੰਨੇ ਟਾਈਮ 'ਚ ਹੀ ਖਤਮ ਕਰਦੇ ਹੋ ਫੇਜ਼ ਨੂੰ ਕੀ ਆ ਫੇਜ਼ ਉੱਡੇ ਉੱਡੇ ਹੀ ਰੱਖਿਆ ਉਹ ਸਭੋ ਵਧਾ ਤੇ ਥੋੜੇ ਜਿ ਪਿਛਲੀ ਬੈਰੀ ਵੀ ਸੱਤ ਫੇਜ਼ ਸੀ ਐਸ ਕੀ ਵੀ ਸੱਤ ਦੇ ਆਪਾਂ ਜੇਸਰਾਂ ਬੀ ਗਿਆ ਇਸੇ ਗੱਲ ਬੰਦਾ ਜਿਵੇਂ ਫਸ ਜਾਂਦਾ ਅਸੀਂ ਫਸੇ ਹੋਇਆ ਡੈਮੋਕ੍ਰੇਸੀ 'ਚ ਮਾਰ ਖਾਣੀ ਆ ਤੇ ਚਲੋ ਠੀਕ ਹੈ ਅਸੀਂ ਵੀ ਲੋਕਾਂ ਨੂੰ ਜਿੰਨਾ ਸਾਡੇ ਕੋਲ ਹੋਊਗਾ ਜਾਣਕਾਰੀ ਵੀ ਦਿੰਦੇ ਰਾਂਗੇ ਜਿੰਨੀ ਕਿ ਸਾਨੂੰ ਸਮਝ ਹੋਊਗੀ ਉਹ ਲੋਕਾਂ ਦੇ ਸਾਹਮਣੇ ਸਾਰਾ ਅਸੀਂ ਵੀ ਵਿਚਾਰਾਂ ਦੀ ਖੱਟ ਵਿਸਾ ਕੇ ਵਿਚਾ ਕੇ ਦੁਕਾਨ ਵਿਸਾ ਕੇ ਬਹਿ ਜਾਾਂਗੇ ਪਿਆ ਹੋ ਰਿਹਾ ਜੇ ਆ ਆਉਣਾ ਚਾਹੀਦਾ ਇੰਜ ਆ ਫਿਰ ਲੱਗਦਾ ਇਹ ਹੈ ਕਿ ਜਿਸ ਤਰ੍ਹਾਂ ਹਰ ਵਾਰੀ ਇੱਕ ਐਕਸਰਸਾਈਜ਼ ਹੁੰਦੀ ਹੈ ਉਸੇ ਤਰ੍ਹਾਂ ਦੀ ਇੱਕ ਐਕਸਰਸਾਈਜ਼ ਹੋ ਰਿਹਾ ਪਰ ਇਹਦੇ ਚ ਇੱਕ ਬਹੁਤ ਕ੍ਰੂਸ਼ੀਅਲ ਫਰਕ ਇਹ ਲੱਗਦਾ ਕਿ ਜੇ ਭਾਜਪਾ ਦੁਬਾਰਾ ਆ ਜਾਂਦੀ ਹੈ ਤੇ ਜਿਵੇਂ ਬਾਰ-ਬਾਰ ਮਲਕਾਰਜਨ ਖੜਗੇ ਕਾਂਗਰਸ ਦਾ ਪ੍ਰਧਾਨ ਕਹਿੰਦਾ ਆ ਕਿ ਭਾਈ ਫੇਰ ਇਹ ਆਖਰੀ ਚੋਣ ਹੀ ਆ ਫੇਰ ਤੁਸੀਂ ਬਹੁਤੀ ਬਿਆਰੀ ਨਾ ਉਮੀਦ ਰੱਖਿਓ ਉਸ ਪਾਸੇ ਨੂੰ ਸੱਤਾ ਦਾ ਕੇਂਦਰੀਕਰਨ ਤੇ ਸੱਤਾ ਹਥਿਆਉਣ ਵਾਲਾ ਤੇ ਜਿਹੜੀ ਤੁਹਾਨੂੰ ਕੋਰਟਾਂ ਚੋਂ ਮਾੜੀ-ਮੋਟੀ ਇਲੈਕਟੋਰਲ ਬਾਉਂਡ ਦੇ ਉੱਤੇ ਰਾਹਤ ਮਿਲੀ ਆ ਚਰਚਾ ਹੋਈ ਆ ਇਹ ਬੰਦ ਹੋ ਜੂਗੀ ਉਹ ਅਗਲਾ ਜਿਹੜਾ ਸੀ ਜੀਆਈ ਆ ਉਹ ਇਹੋ ਜਿਹਾ ਆਉਣ ਵਾਲਾ ਹੈ ਮੈਨੂੰ ਕੋਈ ਦੱਸ ਰਿਹਾ ਸੀ ਕਿ ਫਿਰ ਉਹ ਵੀ ਬੰਦ ਹੋ ਜੂਗੀ ਬਸ ਫਿਰ ਇਹ ਫਿਰ ਆਪਾਂ ਜਿਆਦਾ ਭਗਤੀ ਭੁਗਤੀ ਕਰਿਆ ਕਰਾਂਗੇ ਕਿ ਤੁਝ ਕੋ ਰੱਖੇ ਰਾਮ ਤੁਝ ਕੋ ਅੱਲਾ ਰੱਖੇ ਬਸ ਇਸ ਤਰ੍ਹਾਂ ਦੀ ਗੱਲਬਾਤ ਜਿਆਦਾ ਹੋਊਗੀ ਤੇ ਜੇ ਜਿਹੜੇ ਤਰਕ ਦੇ ਨਾਲ ਤੁਸੀਂ ਵਿਚਾਰ ਵਿਮਾਰਸ਼ ਚਰਚਾ ਕ੍ਰਿਟਿਸਿਜ਼ਮ ਕਰਿਆ ਕਰੋ ਇਲੈਕਸ਼ਨ ਕਮਿਸ਼ਨ ਕਹਿੰਦਾ ਹੈ ਸਾਡਾ ਧਰਮ ਹੈ ਤੁਸੀਂ ਕਰੋ ਸਾਡਾ ਵੀ ਕਰੋ ਪਰ ਜੇ ਕਰੋਗੇ ਤੇ ਜੋ ਕਰੇਗਾ ਸੋ ਪਰੇਗਾ ਇਹ ਵੀ ਨਾਲੋਂ ਨਾਲ ਚੱਲ ਪਊਗਾ ਪਰ ਗੱਲ ਤਾਂ ਹੋਈ ਹੈ ਨਾ ਪ੍ਰੋਫੈਸਰ ਸਾਹਿਬ ਕਿ ਬੱਕਰੇ ਦੀ ਮਾਂ ਕਰੋ ਤਾਂ ਖੈਰ ਬਣਾਏਗੇ ਹੁਣ ਪਤਾ ਨਹੀਂ ਕੀ ਬਣਦਾ ਇਹ ਵੀ ਕਿਹਾ ਜਾਂਦਾ ਹੈ ਕਿ মিডিਆ ਦੀ ਵੀ ਸੰਗੀ ਨੱਪੀ ਜਾਣੀ ਹੈ ਜਿੰਨੇ ਮੇਰੇ ਵਰਗੇ ਸੋਸ਼ਲ ਮੀਡੀਆ YouTube ਜਾਂ ਹੋਰ ਕਿਸੇ ਤਰੀਕੇ ਦੇ ਨਾਲ ਜਿਹੜੀ ਇੰਡੀਪੈਂਡੈਂਟ ਜਰਨਲਿਜ਼ਮ ਵਗੈਰਾ ਕਰ ਰਹੇ ਨੇ ਉਹਨਾਂ ਦਾ ਵੀ ਕਹਿੰਦੇ ਗਲਾ ਕੁੱਟ ਦੇਣਾ ਚਲੋ ਇਲੈਕਸ਼ਨ ਦੇ ਦੋ ਨਤੀਜੇ ਹੋਣਗੇ ਉਦੋਂ ਤੱਕ ਤਾਂ ਚੱਲਣਾ ਹੈ ਚਲੇਗਾ ਤੇ ਲੋਕਾਂ ਤੱਕ ਸਾਰੀ ਜਿਹੜੀ ਹੈ ਉਹ ਸੱਚ ਦੀ ਆਵਾਜ਼ ਦੂ ਚੱਲ ਰਿਹਾ ਹੈ ਮੁਲਕ ਦੇ ਅੰਦਰ ਦੋਹੇ ਪਾਸਿਆਂ ਦੇ ਵਿੱਚ ਉਹ ਨਾਟਕਾ ਕਰਕੇ ਕਰਨ ਦੀ ਕੋਸ਼ਿਸ਼ ਕਰਨਗੇ ਕਿ ਆਖਰਕਾਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਕਿੱਧਰ ਨੂੰ ਚਲਾ ਜਾਏ। ਪ੍ਰੋਫੈਸਰ ਪੰਜਾਬ ਦੇ ਸੰਦਰਭ ਚ ਦੇਖ ਕੇ ਤੁਸੀਂ ਕਹਿੰਦੇ ਸੀ ਕਿ ਅਕਾਲੀ ਦਲ ਵਾਲੇ ਕਿਵੇਂ ਚੱਲ ਰਹੇ ਨੇ ਉਹ ਉਹਨਾਂ ਨੇ ਫੇਰ ਆਪਣੀ ਪੰਜਾਬ ਬਚਾਓ ਯਾਤਰਾ ਲੰਮੀ ਤੋਂ ਸ਼ੁਰੂ ਕਰ ਦਿੱਤੀ ਹੈ। ਹਰ ਸਿੰਘ ਜਿਹੜਾ ਬੀਬੀ ਜਗੀਰ ਕੌਰ ਹੁਣੀ ਨਾਲ ਜੁੜ ਗਏ ਨੇ ਲਗਾਤਾਰ ਕਾਫਲਾ ਸੁਖੀਰ ਬਾਦਲ ਆਪਣਾ ਵਧਾਉਂਦੇ ਜਾ ਰਹੇ ਨੇ ਹੁਣ ਕਾਫਲੇ ਦੇ ਨਾਲ ਤਾਕਤ ਵੀ ਵੱਧ ਰਹੀ ਹੈ ਕਿ ਨਹੀਂ ਵੱਧ ਰਹੀ ਇਹ ਬਹੁਤ ਵੱਡਾ ਸਵਾਲ ਹੈ ਬੀਜੇਪੀ ਦੇ ਨਾਲ ਜਾਣਾ ਹੈ ਜਾਂ ਨਹੀਂ ਜਾਣਾ ਇਹ ਸਵਾਲ ਹਾਲਾਂਕਿ ਹੁਣ ਪਿੱਛੇ ਜਾਂਦੇ ਨੇ ਕਿ ਪਤਾ ਹੈ ਕਹਿੰਦੇ ਅੰਦਰ ਖਾਤੇ ਸਭ ਕੁਝ ਸੈਟ ਆ ਪਰ ਫਿਰ ਵੀ ਕਿੰਨੀ ਕੁ ਤਾਕਤ ਅਸੀਂ ਇਹਨਾਂ ਦੀ ਸਮਝੀਏ ਕਿ ਪੰਜਾਬ ਬਚਾਉਣ ਦੀ ਗੱਲਾਂ ਜਦੋਂ ਪੰਜਾਬ ਦੇ ਵਿੱਚ ਹਾਲਾਤ ਵੀ ਇਦਾਂ ਦੇ ਬਣੇ ਨੇ ਕਿ ਕੋਈ ਪਤਾ ਨਹੀਂ ਇਹਨਾਂ ਵਾਲਾ ਕਦੋਂ ਉਧਰ ਨੂੰ ਛਾਲ ਮਾਰ ਜੇ ਤੇ ਉਧਰਲਾ ਕਦੋਂ ਇੱਧਰ ਨੂੰ ਆ ਜੇ ਇਦੇ ਬਾਰੇ ਕੋਈ ਯਕੀਨ ਨਾਲ ਨਹੀਂ ਕਹਿ ਸਕਦਾ ਪਰ ਪੰਜਾਬ ਨੂੰ ਬਚਾਉਣ ਵਾਲੇ ਪਾਸੇ ਮੈਨੂੰ ਕੋਈ ਤੁਰਦਾ ਨਜ਼ਰ ਨਹੀਂ ਆਉਂਦਾ ਹਾਲ ਦੀ ਘੜੀ ਆਹ ਭਗਵਾਨ ਜੀ ਮੰਨਦੇ ਚਹਿੰਦੇ ਪਈ ਪੰਜਾਬ ਨੂੰ ਜੇ ਬਚਾਉਣਾ ਤੇ ਉਹ ਤੇ ਖਾਲੀ ਦਲ ਤੋਂ ਹੀ ਬਚਾਉਣਾ ਚਾਹੀਦਾ ਤੇ ਕਾਂਗਰਸ ਤੋਂ ਬਚਾਉਣਾ ਚਾਹੀਦਾ ਪੰਜਾਬ ਹੋਰ ਕਿਹਦੇ ਤੋਂ ਬਚਾਉਣਾ ਉਹ ਪਤਾ ਨਹੀਂ ਕਹਿ ਰਿਹਾ ਕਿ ਇੰਨਾ ਤੋਂ ਬਚਾਓ ਹੈਨਾ ਭਗਵੰਤ ਮਾਨ ਤੋਂ ਪੰਜਾਬ ਨੂੰ ਬਚਾਓ ਤੇ ਇਸ ਕਿਸਮ ਦੀ ਇੱਕ ਦੂਜੀ ਤੇ ਮੈਂ ਅੱਜ ਸੁਣ ਰਿਹਾ ਸੀਗਾ ਉਹਨਾਂ ਦਾ ਕੱਲ ਜਿਹੜੀ ਗੱਲ ਭਗਵੰਤ ਮਾਨ ਦੀ ਇੱਥੇ ਹੋਈ ਹੈ ਅ ਪੰਕਸ਼ੀਲ ਪາກ ਸਿੰਘ ਦੇ ਜਨਮ ਸਥਾਨ ਤੇ ਉਹਨਾਂ ਨੇ ਮਿਊਜ਼ੀਅਮ ਨੂੰ ਹਾਦਕਾਟਨ ਕੀਤਾ ਫਿਰ ਨਵਾਂ ਸ਼ਹਿਰ ਵੀ ਪਾਛਨ ਦਿੱਤਾ ਤੇ ਉਹ ਸਾਰਾ ਉੱਥੇ ਖੜਕੜਕਲਾਂ ਦੇ ਵਿੱਚ ਉਹ ਸਾਰਾ ਉਹਨਾਂ ਦਾ ਪ੍ਰਚਾਰ ਸ਼ੁਰੂ ਹੋ ਗਿਆ ਧੂਆਂ ਧਾਰ ਤੇ ਇਹਦੀਆਂ ਗੱਲਾਂ ਸਾਰੀਆਂ ਤੇ ਆਪਣੇ ਭਾਂਡੇ ਨੂੰ ਜਿਵੇਂ ਪਰ ਪੁਲੋਸੀਆ ਕਾਫੀ ਪੁਲੋਸੀਆ ਸੀ ਆ ਕਰਤਾ ਸੀ ਆ ਕਰਦੇ ਆਂਗੇ ਉਹ ਵਝੂਗਾ ਉਹ ਜਿਆ ਮੀਡੀਆ ਨਾਲ ਘੰਡਿਆ ਤੁਪਿਆ ਹੈ ਉਹਨਾਂ ਨੇ ਉਹ ਵੀ ਫਿਰ ਲਾਈਵ ਜੀ ਕਿਉਂਕਿ ਬਹੁਤ ਵੱਡੇ ਨੇਤਾ ਬੋਲ ਰਹੇ ਇਸ ਕਰਕੇ ਸਾਡੇ ਪ੍ਰੋਗਰਾਮ ਸਸਪੈਂਡ ਕਰਕੇ ਨਲਾਇਕ ਦਿਖਾਉ ਛਤੀ ਇਸ ਕਿਸਮ ਦਾ ਸਾਰਾ ਚੱਲ ਰਿਹਾ ਮੈਂ ਤਾਂ ਹੀ ਤੇ ਕਹਿਣਾ ਕਿ ਸਚਾਈ ਦੀ ਜੀ ਸਚਾਈ ਪਹਿਲਾਂ ਚਰਚਿਤ ਹੋਊਗੀ ਤਾਂ ਹੀ ਤੇ ਲੋਕ ਸੋਚ ਕੇ ਕਿਸੇ ਕਿਸਮ ਨਾਲ ਵੋਟ ਪਾਉਣਗੇ ਨਹੀਂ ਤੇ ਜਿਹਦੇ ਜਿਹਨੇ ਹਵਾ ਆਪਣੇ ਪੱਖੇ ਵੱਡੇ ਵੱਡੇ ਲਾ ਕੇ ਜਿੱਧਰ ਨੂੰ ਚਲਾਤੀ ਉਧਰ ਨੂੰ ਵੋਟਾਂ ਉੱਡ ਜਾਣੀਆਂ ਇਹ ਇਹ ਆ ਪੱਖੇ ਪੱਖੇ ਪੈਸੇ ਨਾਲ ਚੱਲਣੇ ਆ दारू ਨਾਲ ਚੱਲਣੇ ਆ ਤੇ ਮਸਲ ਪਾਵਰ ਨਾਲ ਚੱਲਣੇ ਆ ਜਿੰਨਾ ਮਰਜ਼ੀ ਤੁਸੀਂ ਕਹੀ ਜੋ ਵਾਕੀ ਜਿਹੜਾ ਪ੍ਰਚਾਰ ਇਹਦੇ ਨਾਲ ਹੋਣਾ ਆ ਝੂਠਾ ਪ੍ਰਚਾਰ ਉਹਦੇ ਨਾਲ ਵੀ ਪੱਖਿਆਂ ਦੀ ਹਵਾ ਤੇਜ਼ ਉਧਰ ਨੂੰ ਵੋਟਾਂ ਉੱਡਣਗੀਆਂ ਇਹ ਇਸ ਹਾਲਾਤ ਦੇ ਵਿੱਚ ਜਿਹੜੀ ਗੱਲ ਤੁਸੀਂ ਖਾਲੀ ਦਲ ਦੀ ਕਹਿੰਦੇ ਆ ਕਿ ਉਹਨਾਂ ਦਾ ਕੀ ਅੱਗੇ ਨਾਲੋਂ ਆਧਾਰ ਵਧੀਆ ਹੋਇਆ ਜਾਂ ਕਿਦਾਂ ਦੇਖੋ ਜਿੰਨਾ ਕਿ ਥੱਲੇ ਚਲੇਗੀ ਸੀ ਉਦੋਂ ਅੱਗੇ ਥੱਲੇ ਜਾਣ ਲਈ ਤੇ ਰੌਕ ਬਾਟਮ ਹੀ ਆ ਰੌਕ ਬਾਟਮ ਸਮਝਦੇ ਆਂ ਤੂੰ ਉਦੋਂ ਤੇ ਡ੍ਰਿੱਲ ਨਹੀਂ ਕੰਮ ਕਰਦੀ ਕਿ ਥੱਲੇ ਨਹੀਂ ਹੋਰ ਜਾ ਸਕਦੇ ਪਹਿਲਾਂ ਹੀ ਤੁਸੀਂ ਅੱਗੇ ਪਥਰੀਲੀ ਚਟਾਨ ਤੇ ਆ ਗਏ ਆਂ ਉਦੋਂ ਥੱਲੇ ਨਹੀਂ ਹੁਣ ਜਿੰਨੀਆਂ ਥੱਲੇ ਗਏ ਆ ਐਮਐਲਏ ਦੇ ਸਾਹਮਣੇ ਵਾਲੀ ਮੈਨੇ ਐਮਪੀ ਦੇ ਸਾਹਮਣੇ ਪਿਛਲੇ 8-10 ਸਾਲਾਂ ਚ ਪੋਲਿਟਿਕਸ ਚ ਅਕਾਲੀ ਦਾ ਉਦੋਂ ਥੱਲੇ ਤੇ ਕੀ ਜਾਣਗੇ ਇਹਦਾ ਮਤਲਬ ਕਿ ਕੁਝ ਚਾਰ ਵੋਟਾਂ ਥੋੜੇ ਪਰਸੈਂਟੇਜ ਵਾਧੀ ਹੋਣਗੀਆਂ ਕਿੰਨੀਆਂ ਸੀਟਾਂ ਜਿੱਤਦੇ ਆ ਕਿੰਨੀਆਂ ਨਹੀਂ ਉਹ ਵੇਖਣ ਵਾਲੀ ਗੱਲ ਉਹ ਹੋਊਗਾ ਕਿ ਗੰਡ ਤੋਂ ਪੈਦਰ ਉਦਰੋ ਸੱਜੇ ਖੱਬੇ ਕਿੰਨਾ ਕਾਰ ਪਾਉਂਦੇ ਆ ਔਰ ਮੈਨੂੰ ਲੱਗਦਾ ਕਿ ਕੁਝ ਕੁ ਸੀਟਾਂ ਤੇ ਫੋਕਸ ਕਰਕੇ ਉਹ ਆਪਣੇ ਬੰਦੇ ਕੇਂਦਰ ਚ ਭੇਜਣ ਦੀ ਕੋਸ਼ਿਸ਼ ਕਰਨਗੇ ਸਭ ਤੋਂ ਵੱਡੀ ਤੇ ਹੁਣ ਬਠਿੰਡਾ ਵਾਲੀ ਜਿਹਨਾਂ ਉੱਤੀ ਆ ਉਥੇ ਖੁੱਡੀਆਂ ਸਭ ਗਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਅਨਾਉਂਸ ਕਰ ਦਿੱਤਾ ਤੇ ਉਹ ਪਹਿਲਾਂ ਲੰਬੀ ਤੋਂ ਹੀ ਹੈਗੇ ਉਹ ਤੋਂ ਪ੍ਰਖਾਤ ਸਿੰਘ ਬਾਦਲ ਨੂੰ ਸ਼ਾਇਦ ਉਹਨਾਂ ਨੇ ਹਰਾਤਾ ਸੀ ਪਿਛਲੀ ਵਾਰੀ ਫੈਮਿਲੀ ਦੀਆਂ ਚੋਣਾ ਚ ਤੇ ਉਹ ਬੜੀ ਵੱਡੀ ਗੱਲ ਸੀ ਉਹ ਉਹਨਾਂ ਦਾ ਆਪਣਾ ਪਰਿਵਾਰ ਦਾ ਇੱਕ ਰੈਪਿਊਟੇਸ਼ਨ ਆ ਪੁਰਾਣਾ ਉਹ ਕਹਿੰਦੇ ਆ ਕਿ ਅਸੀਂ ਸਭ ਤੋਂ ਵੱਧ ਮੱਲ ਮਾਰ ਲੈਣੀ ਆ ਹੁਣ ਅਸੀਂ ਐਤ ਕੀ ਪੁੰਟ ਦੇਣਾ ਇਥੋਂ ਕਿਲਾ ਇਹਨਾਂ ਦਾ ਅਜੇ ਰਾਜਬੜਿੰਗ ਦਾ ਵੀ ਜੇ ਵੋਟਾਂ ਪਿਛਲੀ ਵਾਰੀ ਦੀਆਂ ਬਠਿੰਡੇ ਦੀਆਂ ਦੇਖਿਆ ਜਾਣ ਤੇ ਚੰਗੀਆਂ ਖਾਸੀਆਂ ਵੋਟਾਂ ਸੀਗੀਆਂ ਹੁਣ ਇਹ ਉੱਥੇ ਉਹਦੇ ਹਾਲਾਤ ਦਿੱਸੀ ਇਹਨੂੰ ਗੱਲ ਨੂੰ ਬਾਕੀ ਸਾਰਿਆਂ ਤੇ ਲਾ ਕੇ ਦੇਖ ਲਿਓ ਜਿਹੜੀ ਮੈਂ ਬਠਿੰਡੇ ਦੀ ਗੱਲ ਕਰ ਰਿਹਾ ਹਾਂ ਉਹਦੇ ਛੇ ਹੈ ਕਿ ਐਤ ਕੀ ਤਿੰਨ ਤਰੀਕੇ ਹੋਊਗਾ ਹੀ ਨਾ ਇੱਕ ਹੋਊਗਾ ਬਾਦਲਾਂ ਦਾ ਇੱਕ ਹੋਊਗਾ ਇਹਨਾਂ ਦਾ ਕੰਮ ਦੇ ਆਧਾਰ ਤੇ ਆਮ ਆਦਮੀ ਪਾਰਟੀ ਦਾ ਫੁੱਡੀਆਂ ਸਾਹਿਬ ਦਾ ਤੇ ਤੀਸਰਾ ਰਾਜਾ ਵੜਿੰਗ ਦਾ ਵੀ ਉਹ ਏਰੀਆ ਹੈਗਾ ਜਾਂ ਉਹ ਖੜਾ ਹੁੰਦਾ ਜਾਂ ਉਹਨਾਂ ਵੱਲੋਂ ਕੋਈ ਖੜਾ ਕੀਤਾ ਜਾਂਦਾ ਜੋ ਵੀ ਹੈ ਇਹ ਤਿੰਨ ਤਰ੍ਹਾਂ ਹੋਣੀਆਂ ਇਹਦਾ ਮਤਲਬ ਹੈ ਕਿ ਵੋਟਾਂ ਸੱਚੀ ਵਿੱਚ ਤਿੰਨ ਜਗ੍ਹਾ ਬਰਾਬਰ ਬਰਾਬਰ ਵਾਂਗੂ ਵੰਡੀਆਂ ਜਾ ਸਕਦੀਆਂ ਇਦਾਂ ਮਤਲਬ ਇਹ ਹੈ ਕਿ ਜਿਹੜਾ ਵੋਟਾਂ 20 25000 ਇਧਰ ਉਧਰੋਂ ਮੈਨੇਜ ਕਰ ਜੂਗਾ ਦੂਜਿਆਂ ਦੀਆਂ ਘਟਾਉਣ ਲਈ ਤੋੜਨ ਲਈ ਬੰਦੇ ਖੜੇ ਕਰਕੇ ਜਾਂ ਕੋਈ ਹੋਰ ਕਿਸੇ ਕਿਸਮ ਦਾ ਵੋਟਰਾਂ ਨੂੰ ਪ੍ਰਭਾਵਿਤ ਕਰਕੇ ਤੇ ਆਪਣੀਆਂ ਥੋੜੀਆਂ ਜੀਆਂ 15 20000 ਵਧਾਉਣ ਦੇ ਵਿੱਚ ਕਾਮਯਾਬ ਹੋ ਜੂਗਾ ਉਹੀ ਜਿੱਤ ਜੂਗਾ ਇਸ ਕਿਸਮ ਦੇ ਹਾਲਾਤ ਬਣਨਗੇ ਇਹ ਬਠਿੰਡੇ ਦੀ ਮੈਂ ਗੱਲ ਕਰ ਰਿਹਾ ਤੇ ਬਾਕੀ ਜਗ੍ਹਾ ਜ਼ਰੂਰੀ ਨਹੀਂ ਇੱਕੋ ਜੇ ਤਕਉਣਾ ਮੁਕਾਬਲਾ ਹੋਵੇ ਕਿਸੇ ਜਗ੍ਹਾ ਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਥੋੜਾ ਸਟਰੋਂਗ ਹੋ ਸਕਦਾ ਪਰ ਕਈ ਜਗ੍ਹਾ ਤੇ ਕਾਂਗਰਸ ਦੇ ਵੀ ਤਖੜੇ ਹੋ ਸਕਦੇ ਕਈ ਜਗ੍ਹਾ ਤੇ ਜਿੱਦਾਂ ਪ੍ਰਜੀਤ ਕੋਰ ਹੈ ਉੱਥੋਂ ਖੜੇ ਹੋਣਗੇ ਉਹਨਾਂ ਦਾ ਪੁਰਾਣਾ ਬੇਸ ਹੈ ਹੁਣ ਕਿੰਨੀ ਕੁ ਟੱਕਰ ਬਲਬੀਰ ਸਿੰਘ ਦੇ ਪਾਉਂਦੇ ਹੈ ਪ੍ਰਜੀਤ ਕੋਰ ਨੂੰ ਜਾਂ ਉੱਥੇ ਕਿਵੇਂ ਗੱਲ ਚੱਲਦੀ ਹੈ ਕੀ ਗੰਢ ਤੁੱਪ ਚੱਲਦਾ ਕਿਦੋਂ ਕੀ ਗੱਲ ਚੱਲਦੀ ਹੈ ਕੁਝ ਕਹਿਣਾ ਮੁਸ਼ਕਲ ਹੈ ਇਸ ਕਰਕੇ ਉਹ ਸਾਰਾ ਵੀ ਦੇਖਣ ਵਾਲੀ ਗੱਲ ਹੈ ਕਿ ਕਿਹੜੀ ਕਲਾ ਪਾਰਟੀ ਨਹੀਂ ਕਿਹੜੀ ਹੈ ਪਿੱਛੇ ਉਹਦੇ ਤਾਕਤ ਕਿੰਨੀ ਹੈ ਕਿੰਨੇ ਉਹਨਾਂ ਨੂੰ ਲੌਜਿਸਟਿਕਸ ਦਾ ਸਹਾਰਾ ਮਿਲੂਗਾ ਤੇ ਉਹਦਾ ਆਪਣਾ ਚਿਹਰਾ ਮੂਰਾ ਕਿ ਹੋ ਜਾ ਕੈਂਡੀਡੇਟ ਦਾ ਇਹ ਸਾਰੀਆਂ ਗੱਲਾਂ ਕਾਊਂਟ ਕਰਕੇ ਚੋਣਾਂ ਦੇ ਵਿੱਚ ਉਤਰਨਗੇ ਓਵਰਆਲ ਅਕਾਲੀ ਦਲ ਦਾ ਪਹਿਲਾਂ ਨਾਲੋਂ ਤੇ ਕੁਝ ਨਾ ਕੁਝ ਹਾਲਾਤ ਠੀਕ ਹੋਣਗੇ ਔਰ ਜੇ ਗੰਢ ਤੁਪ ਸੱਚੀ ਮੱਚੀ ਦੁਬਾਰਾ ਕਰ ਜਾਂਦੇ ਆ ਜਿਹੜੀ ਕਿ ਪਿਛਲੀ ਵਾਰੀ ਤੇ ਸੀਗੇ ਹੀ ਕਿ ਕਰ ਜਾਂਦੇ ਦੁਬਾਰਾ ਉਸ ਨੂੰ ਤਾਂ ਫਿਰ ਹੋ ਸਕਦਾ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਕੋਈ ਫਾਇਦਾ ਮਿਲ ਜਾਏ ਮਤਲਬ ਗੰਡ ਤੋਪ ਦਾ ਮਤਲਬ ਇਹ ਜ਼ਰੂਰੀ ਨਹੀਂ ਕਿ ਨੌ ਮਾਸ ਦਾ ਰਿਸ਼ਤਾ ਹੀ ਉਹ ਪੱਲੂ ਫੜ ਕੇ ਹੀ ਕਰਨਾ ਹੈ ਓਪਨਲੀ ਨਹੀਂ ਕਰਨਾ ਪ੍ਰੀਪੋਲ ਨਹੀਂ ਕਰਨਾ ਪੋਸਟਪੋਲ ਵਿੱਚੋਂ ਜੋ ਸਮਝੌਤਾ ਕਰਕੇ ਅੰਦਰ ਖਾਤੇ ਜਿਹਨੂੰ ਕਹਿੰਦੇ ਆ ਕਿ ਤੂੰ ਯਾਰ ਇੱਥੇ ਆ ਬੰਦੇ ਖੜੇ ਕਰਦੇ ਅਸੀਂ ਇੱਥੇ ਖੜੇ ਕਰਦੇ ਆ ਤੇ ਇੱਕ ਦੂਜੇ ਦੀ ਸਪੋਰਟ ਕਰਗੇ ਉਹ ਕਿੰਨੀ ਕੁ ਹੁੰਦੀ ਕਿੰਨੀ ਕੁ ਨਹੀਂ ਹੁੰਦੀ ਵੈਸੇ ਭਾਜੀਪੀ ਜੇ ਕਰਨਾ ਚਾਹੇ ਤਾਂ ਕਰ ਸਕਦੀ ਉਹਨਾਂ ਦੇ ਰਿਸ਼ਤੇ ਵੀ ਠੀਕ ਠਾਕ ਹੀ ਹੈਗੇ ਆ ਇਸ ਤਰ੍ਹਾਂ ਅਕਾਲੀ ਦਲ ਨੂੰ ਵੀ ਇੱਕ ਵੱਡੇ ਹਿੱਸੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਸੱਤਾ ਦਾ ਮਾਮਲਾ ਵੋਟ ਟਰਾਂਸਫਰ ਦੀ ਗੱਲ ਮੈਂ ਕਰਦਾ ਕਿ ਕੋਈ ਕਈ ਵਾਰੀ ਵੋਟ ਟੂ ਟਰਾਂਸਫਰ ਨਹੀਂ ਦੀ ਤਕਲੀਫ ਹੁੰਦੀ ਹੈ ਜੇ ਹੁਣ ਆਮ ਆਦਮੀ ਪਾਰਟੀ ਦੀ ਕਾਂਗਰਸ ਨੂੰ ਵੋਟ ਟਰਾਂਸਫਰ ਕਰਨੀ ਹੋਵੇ ਜਿੱਦ ਤਰ੍ਹਾਂ ਸਮਝੌਤੇ ਦੀ ਗੱਲ ਚੱਲ ਰਹੀ ਸੀ ਜਾਂ ਕਾਂਗਰਸ ਦੀ ਆਮ ਆਦਮੀ ਨੂੰ ਚਾੜੂ ਨੂੰ ਕਰਨੀ ਹੋਵੇ ਤਾਂ ਉਹ ਔਖੀਆ ਹੁਣ ਤੇ ਹੋਰ ਵੀ ਗੱਲ ਦੋ ਬੰਦੇ ਚੱਕ ਕੇ ਲੈ ਗਏ ਉਹਨਾਂ ਦੇ ਤੇ ਕਾਂਗਰਸ ਦੇ ਤੇ ਹੁਣ ਤੇ ਹੋਰ ਵੀ ਔਖਾ ਹੋਊਗਾ ਉੱਥੇ ਕੋਈ ਸਮਝੌਤਾ ਨਹੀਂ ਚੱਲਦਾ ਪੰਜਾਬ ਦੇ ਵਿੱਚ ਕਾਂਗਰਸ ਜੇ ਖਿੰਡੀ ਨਹੀਂ ਪੁੰਡਰੀ ਨਾ ਹੋਵੇ ਉਹਨਾਂ ਨੂੰ ਪਿਛਲੀ ਵਾਰੀ ਤੇ 8 ਸੀਟਾਂ ਆਈਆਂ ਸੀਗੀਆਂ ਪਿਛਲੀ ਵਾਰੀ ਕਾਂਗਰਸ ਨੂੰ 8 ਸੀਟਾਂ ਆਈਆਂ ਸੀ ਉਹ 8 ਤੇ ਮੁਸ਼ਕਲ ਲੱਗਦੀਆਂ ਐ ਕਿ ਪਰ ਜੇ 5 6 ਵੀ ਇਹ ਕਰ ਜਾਣ ਜੇ ਜੋਰ ਦੇ ਤਰੀਕੇ ਨਾਲ ਚੱਲਣ ਪਰ ਜੇ ਫਿਰ ਇਹਨਾਂ ਨੇ ਉਸੇ ਤਰ੍ਹਾਂ ਚੱਲਣਾ ਜਿਸ ਤਰ੍ਹਾਂ ਤੁਹਾਨੂੰ ਦੇਖ ਹੀ ਰਿਹਾ ਪਿਛਲੀ ਵਾਰੀ ਅਸੈਂਬਲੀ ਦੀਆਂ ਚੋਣਾਂ ਚੱਲੇ ਸੀ ਅੱਡ ਮੂਲੀਆਂ ਅੱਡ ਪੱਤ ਮਤਲਬ ਉਸ ਕਿਸਮ ਦਾ ਘਰਨਾਇਆ ਪੀਕ ਦੂਜੀਆਂ ਖੁੱਚਾਂ ਦੇ ਮਾਰਨੀਆਂ ਫਿਰ ਫਿਰ ਭੁੱਲ ਜਾਣ ਫਿਰ ਇਹ ਹੋਰ ਥੱਲੇ ਆਉਣਗੇ ਫਿਰ ਮੁਸ਼ਕਲ ਹੋ ਜੂ ਇੰਨਾਂ ਚੀਜ਼ਾਂ ਦਾ ਜਿਹੜਾ ਇਸ ਕਿਸਮ ਦਾ ਜਿਹੜਾ ਮਾਹੌਲ ਉਹਦਾ ਆਮ ਆਦਮੀ ਪਾਰਟੀ ਨੂੰ ਰੂਲਿੰਗ ਸਰਕਾਰ ਕਰਕੇ ਵੀ ਭਗਵੰਤ ਮਾਨ ਦੀ ਕਲਾਕਾਰੀ ਕਰਕੇ ਵੀ ਤੇ ਮੀਡੀਆ ਦੇ ਕਿਉਂਕਿ ਸਿੱਧੇ ਸਰਕਾਰ ਆ ਤੇ ਮੀਡੀਆ ਤੋਂ ਵੀ ਟਾਡੇ ਹੱਥ ਚ ਹੁੰਦਾ ਹੈ ਪੈਸਾ ਜਾਂਦਾ ਐਡਵਰਟਾਈਜ਼ਮੈਂਟ ਜਾਂਦੀ ਆ ਉਹ ਉਸ ਕਿਸਮ ਦੀਆਂ ਚੋਰ ਮੋਰੀਆਂ ਬਥੇਰੀਆਂ ਅੱਜ ਕੱਲ ਬਣਾ ਲੀਆਂ ਵੱਡਾ ਵੱਡਾ ਬਜਟ ਆ 700 750 ਕਰੋੜ ਦਾ ਬਜਟ ਆ ਤੇ ਉਹ ਸਾਰੇ ਨੂੰ ਇਸ ਪਾਸੇ ਨੂੰ ਡਾਇਵਰਟ ਕਰਕੇ ਤੇ ਕਾਫੀ ਉਹ ਆਪਣਾ ਨੈਟ ਗੇਨ ਕਰ ਸਕਦੇ ਆ ਪਰ ਜੇ ਇੰਜ ਕਹੋ ਕਿ ਜਿਹੜੀ 2022 ਵਾਲੀ ਹਨੇਰੀ ਚੱਲੀ ਸੀ ਝਾੜੂ ਦੀ ਉਹ ਹਨੇਰੀ ਨੂੰ ਰਾਇਤ ਕੀ ਨਹੀਂ ਹੁਣ ਤੇ ਲੜਾਈ ਜਿੱਥੇ ਖੜੇ ਸੀ ਪਿਛਲੀ ਵਾਰੀ ਉਹਦੇ ਤੋਂ ਕਿੰਨਾ ਕੁ ਪਛਾਹ ਹਟ ਕੇ ਤੇ ਆਪਾਂ ਗੇਨ ਕਰਨੇ ਆ ਉਸ ਕਿਸਮ ਦੀ ਜ਼ਿਆਦਾ ਰਹੂਗੀ ਮੈਂ ਪ੍ਰੋਫੈਸਰ ਬਾਕੀ ਸਵਾਲ ਕਰਦਾ ਕਿਉਂਕਿ ਮੇਰੇ ਤੁਸੀਂ ਦੂਜੇ ਸਵਾਲ 'ਤੇ ਸਾਰੇ ਤਕਰੀਬਨ ਜਿੰਨੇ ਸਵਾਲ ਸੀ ਕਿ ਉਹਨਾਂ ਦੇ ਇਕੱਠੇ ਜਵਾਬ ਵਿਖੋ ਤਾਂ ਦੇ ਦੇ ਦਿੱਤੇ ਕਿ ਕਿਸਾਨੀ ਅੰਦੋਲਨ ਦਾ ਪੰਜਾਬ ਦੇ ਇਸ ਲੋਕ ਸਭਾ ਇਲੈਕਸ਼ਨ ਤੇ ਤੇ ਮੁਲਕ ਦੀ ਲੋਕ ਸਭਾ ਇਲੈਕਸ਼ਨ ਤੇ ਕੀ ਪ੍ਰਭਾਵ ਪਿਆ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਬਾਈ ਵਾਲੀ ਧੇਰੀ ਨਹੀਂ ਚੱਲਦੀ ਪਰ ਕਿਤੇ ਨਾ ਕਿਤੇ ਤਾਂ ਅਸਰ ਮਤਲਬ ਲੱਗਦਾ ਹੈ ਕਿ ਛੱਡੂ ਗੱਜ ਵੀ ਖੇਤੀ ਨੀਤੀ ਦੀ ਗੱਲ ਹੈ ਸੈਂਟਰ ਨਾਲ ਵੀ ਮੁੱਦੇ ਨੇ ਪੰਜਾਬ ਨਾਲ ਵੀ ਮੁੱਦੇ ਨੇ ਭਾਜਪੀ ਨਾਲ ਵੀ ਗੁੱਸਾ ਹੈ ਕਾਂਗਰਸ ਵਾਲਿਆਂ ਨਾਲ ਵੀ ਹੈ ਵੀ ਉਹਨਾਂ ਨੇ ਪਿਛਾ ਕੀ ਕੀਤਾ ਇਹ ਸਾਰਾ ਕੁਝ ਰਲਿਆ ਮਿਲਿਆ ਜੇ ਨਜ਼ਰ ਆਉਂਦਾ ਤੇ ਉਧਰੋਂ ਢੱਲੇਵਾਲ ਸਾਹਿਬ ਹੋਣੀ ਆਪਣੀ ਤਾਂ ਪੀਐਸਕੇ ਵਾਲੇ ਆਪਣੀ ਤਾਂ ਨਾ ਐਸਕੇਮ ਵਾਲੇ ਤੇ ਰੈਜ਼ੋਲੂਸ਼ਨ ਪਾ ਕੇ ਆਏ ਆ ਤੇ ਇਹਨਾਂ ਦੀ ਮੰਨੀ ਠੋਕੋ ਦਿੱਲੀ ਚ ਰਾਮਲੀਲਾ ਚ ਜਿਹੜੇ ਰੈਜ਼ੋਲੂਸ਼ਨ ਗਰਮ ਗਰਮ ਹੀ ਆ 14 ਤਰੀਕ ਨੂੰ ਤੇ ਪਾਇਆ ਹਾਂ ਤੇ ਦੋ ਦਿਨ ਬਾਅਦ ਇਲੈਕਸ਼ਨ ਹੋ ਗਈ ਆ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਾਨੂੰ ਬੀਜੇਪੀ ਦਾ ਇੱਥੇ ਬਾਈਕਾਟ ਵੀ ਕਰੋ ਘਰੀ ਕੀਤਾ ਸੀ ਆ ਲੀਡਰਾਂ ਦੀ ਛੇੜਾ ਬੰਦੀ ਵੀ ਕੀਤੀ ਸੀ ਜਿਹਦੇ ਕਰਕੇ ਤੇ ਹੁੰਦੇ ਸੂਤਰਾ ਇਹ ਨਹੀਂ ਤੇ ਇਹ ਤੇ ਕਹਿੰਦੇ ਸੀ ਅਸੀਂ ਹੁਣ ਜਵਾਨ ਹੋ ਗਏ ਆ ਅਕਾਲੀ ਦਲ ਦੇ ਵੱਡੇ ਭਰਾ ਆ ਏ ਨਹੀਂ ਕਹਿੰਿਆ ਸੀ ਦੇ ਕਿ ਆ ਵੀ ਦੋ ਭਰਾ ਹੋਣ ਤੇ ਇੱਕ ਜਿਹੜਾ ਛੋਟਾ ਭਰਾ ਛੋਟੇ ਤੋਂ ਵੱਡਾ ਹੋ ਜੇ ਤੇ ਉਹ ਵੀ ਤੇ ਵੱਡਾ ਹੋਇਆ ਹੋਊਗਾ ਉਹ ਕਹਿੰਦੇ ਨਾ ਅਸੀਂ ਹੁਣ ਰਾਜਨੀਤਿਕ ਤੌਰ ਤੇ ਵੱਡੇ ਹੋ ਗਏ ਆ ਇਹ ਛੋਟੇ ਭਰਾ ਆ ਅਸੀਂ ਇਹਨਾਂ ਨੂੰ ਥੋੜੀਆਂ ਜਿਹੀਆਂ ਸੀਟਾਂ ਦੇਣੀ ਉਹ ਤੇ ਉਹਨਾਂ ਨੇ ਸੂਤਰ ਕਰਤਾ ਦੁਬਾਰਾ ਪੈਰਾਂ ਤੋਂ ਜ਼ਮੀਨ ਖਿੱਚ ਕੇ ਉਹਨਾਂ ਦਾ ਕਾਦੂ ਉੱਡਾ ਕੀ ਕਰਤਾ ਕਿਸਾਨਾਂ ਵਾਲਾ ਮੁੱਦਾ ਕਿੰਨਾ ਕ ਅਸਰ ਕਰੂਗਾ ਮੈਨੂੰ ਲੱਗਦਾ ਇੱਕ ਤੇ ਕਿਸਾਨ ਜਿਹੜੀ ਹੈ ਯੂਨੀਫਾਈਡ ਫੋਰਸ ਨਹੀਂ ਜਿਹੜੇ ਕਿਸਾਨਾਂ ਨੇ ਆਪਣੇ ਹੀ ਲੀਡਰਾਂ ਨੂੰ ਜਿਨ੍ਹਾਂ ਨੂੰ ਉਹ ਹੀਰੋ ਵਾਂਗੂ ਪੂਜਦੇ ਸੀ ਵੋਟਾਂ ਨਹੀਂ ਪਾਈਆਂ ਉੱਥੋਂ ਤੁਸੀਂ حساب ਲਾ ਲਓ ਵੀ ਇਹ ਕਿਸਾਨਾਂ ਦੀ ਜਿਹੜੀ ਫੌਜ ਹੈ ਇਹਨਾਂ ਦੀ ਗਿਰਤੀ ਤੇ ਸੁਰਤੀ ਤੇ ਕਿਹੋ ਜੀ ਹੈਗੀ ਆ ਉਹ ਮੈਂ ਇੱਕ ਨੂੰ ਨਹੀਂ ਕਹਿੰਦਾ ਸਮੁੱਚੇ ਤੌਰ ਤੇ ਜੇ ਯੂਨੀਨਾਈ ਸੌਦੇ ਨੇੜੇ ਤੇੜੇ ਬਣਾ ਲੀਆਂ ਤੇ ਉਹਨਾਂ ਨੂੰ ਇਕੱਠਾ ਉਹਦਾ ਅਰਥ ਤੁਸੀਂ ਆਪ ਕੱਢ ਲਓ ਵੀ ਕਿਉਂ ਬਣਾਈਆਂ ਇਹ 1 ਜਾਂ 2 ਜਾਂ 4 ਜਾਂ 5 ਯੂਨੀਅਨ ਵਾਲੀ ਸੀ ਕੰਮ ਚੱਲਦਾ ਵੱਧ ਤੋਂ ਵੱਧ 10 ਬਣਾ ਲਓ ਤੁਸੀਂ 10 ਨੂੰ ਵੀ ਦਸਾਂ ਨਾ ਗਾ ਗੁਣਾ ਕਰਤਾ ਇਸ ਲਈ ਉਹ ਐਡੀ ਵੱਡੀ ਡੱਡੂਆਂ ਦੀ ਪੰਛੇਰੀ ਜਿਹੜੀ ਆ ਉਹ ਇਕੱਠੀ ਰੱਖਣੀ ਕਿਤੇ ਇੱਕ ਜਗ੍ਹਾ ਤੇ ਇੱਕ ਸੁਰ ਦੇ ਵਿੱਚ ਰੱਖਣੀ ਮੁਸ਼ਕਿਲ ਹੋਏ ਕਿਸਾਨ ਕਹਿਣ ਨੂੰ ਆ ਉਹਨਾਂ ਦੇ ਗਾਂ ਕਿ ਕਿਹੋ ਜਿਹਾ ਕੀ ਹਾਲਿਆ ਉਹ ਆਪਾਂ ਨੂੰ ਉਹ ਜਿਹਦਾ ਜਿੱਥੇ ਦਾ ਲੱਗੂਗਾ ਮੈਨੂੰ ਲੱਗਦਾ ਕਿਸਾਨਾਂ ਦਾ ਹੀ ਹੋਊਗਾ ਉਹ ਕੈਂਡੀਡੇਟ ਕਿਹੜਾ ਕਿੱਥੇ ਆ ਕਿਹੜਾ ਕਿੰਨਾ ਕੋਨਾਂ ਦਾ ਆਓ ਭਗਤ ਕਰ ਸਕਦਾ ਉਸ ਕਿਸਮ ਦਾ ਜ਼ਿਆਦਾ ਚੱਲੂਗਾ ਜਿਹੜੀ ਵੈਸੇ ਜਨਰਲ ਮਾਹੌਲ ਪਿਛਲੀ ਵਾਰੀ ਬਣਿਆ ਸੀ ਕਿਸਾਨਾਂ ਵੱਲੋਂ ਐਂਟੀ ਪਾਰਟੀਆਂ ਦਾ ਕਿਉਂਕਿ ਉਹਨਾਂ ਨੇ ਸਟੇਜਾਂ ਤੇ ਨਹੀਂ ਸੀ ਚੜਨ ਦਿੱਤਾ ਨੇੜੇ ਨਹੀਂ ਸੀ ਫਟਕਣ ਦਿੱਤਾ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਤੇ ਇਹ ਨਵੀਂ ਹੋਣ ਕਰਕੇ ਵੀ ਇਹਨਾਂ ਨੂੰ ਟੈਸਟ ਕਰਨਾ ਇਹਨਾਂ ਨੂੰ ਟੈਸਟ ਕਰਨਾ ਹੁਣ ਉਹ ਚਾਹ ਤੇ ਇਹਨਾਂ ਦਾ ਕਿਸਾਨਾਂ ਦਾ ਲੱਥਿਆ ਫਿਰ ਉਹ ਇੱਕ ਮਹਿੰਮ ਦੇ ਤੌਰ ਤੇ ਜਿਹੜੀ ਹਵਾ ਚੱਲੀ ਸੀਗੀ ਉਹਦੇ ਤੌਰ ਤੇ ਤੇ ਕਿਸਾਨ ਰੂਲਿੰਗ ਆਪ ਵੱਲ ਨਹੀਂ ਭੁਗਤਣਗੇ ਪਰ ਫਿਰ ਵੀ ਕਿਉਂਕਿ ਰੂਲਿੰਗ ਕੋਲ ਕਾਫੀ ਕੁਝ ਹੁੰਦਾ ਉਹ ਕਿੰਨਿਆਂ ਕੋ ਨਾਲ ਗੰਢ ਧੁੱਪ ਜਾ ਕਰ ਲੈਂਦੇ ਆ ਇਹ ਦੇਖਣ ਵਾਲੀ ਗੱਲ ਹੈ ਹੋਊਗੀ ਇੱਕ ਗੱਲ ਤੁਹਾਨੂੰ ਤੁਸੀਂ ਨੋਟ ਕੀਤੀ ਹੋਣੀ ਸੁਖਵਿੰਦਰ ਜੀ ਮੈਂ ਗੱਲ ਤੋਂ ਵਾਸਾ ਉਹ ਮੈਨੂੰ ਠੀਕ ਕਰੋ ਮੈਂ ਕਿਹਾ ਕਿ ਬਹੁਤਾ ਇਹਨਾਂ ਚੀਜ਼ਾਂ ਨੂੰ ਸਮਝਣਾ ਤੁਹਾਡਾ ਆਪਣਾ ਅਨੁਭਵ ਆ ਕਿ ਜਿਹੜੀਆਂ ਬਹੁਤ ਦੇਰ ਪਹਿਲਾਂ 9 ਸੀਟਾਂ ਸਮਝ ਲਓ ਅਨਾਉਂਸ ਕਰਕੇ 8 ਤੇ ਹੋ ਹੀ ਗਈਆਂ ਤੇ ਨਵੀਂ ਨੌਵਾਂ ਜਿਹੜਾ ਬੰਦਾ ਚੱਬੇਵਾਲ ਨੂੰ ਰਾਜਕਮਾਰ ਚੱਬੇਵਾਲ ਨੂੰ ਲੈ ਕੇ ਆਏ ਉਹਨੂੰ ਹਿਸ਼ਾਰਪੁਰ ਤੋਂ ਖੜੇ ਕਰਨਾ ਹੀ ਕਰਨਾ ਆ ਮਤਲਬ ਬੀੜੀਆ ਚ ਵੀ ਗੱਲ ਚੱਲੀ ਐ ਤੇ ਇਸੇ ਕਰਕੇ ਤੇ ਕਾਂਗਰਸ ਵੱਲੋਂ ਲੈ ਕੇ ਆਏ ਆ ਉਹ ਇਹ ਜੇ ਹੋ ਗਈਆਂ ਤੇ ਬਾਕੀ 4 ਹੀ ਬਚੀਆਂ ਨੋ ਉਸਕਾਰਨ ਤੋਂ ਤੇ ਇਹਨਾਂ ਦਾ ਇਹਨੂੰ ਨੁਕਸਾਨ ਨਹੀਂ ਹੋਊਗਾ ਜੇ ਚੋਣਾ ਜਾ ਕੇ ਅਜੇ 1 ਜੂਨ ਨੂੰ ਹੋਣੀ ਆ 7ਵੇਂ ਫੇਜ ਦੇ ਵਿੱਚ ਤੇ ਪਹਿਲਾਂ ਹੀ ਬੰਦੇ ਜਾਂ ਉਹਦਾ ਫਾਇਦਾ ਹੋਊਗਾ ਮੈਂ ਇਹਦੇ ਬਾਰੇ ਕੁਝ ਮੈਨੂੰ ਕੋਈ ਬਹੁਤੀ ਸਮਝ ਨਹੀਂ ਪੈ ਰਹੀ ਬਿਲਕੁਲ ਬਿਲਕੁਲ ਜਿਉਂ-ਜਿਉਂ ਅੱਗੇ ਚਰਚਾ ਵਧੇਗੀ ਸਵਾਲ ਹੋਰ ਨਿੱਤਰ ਕੇ ਸਾਹਮਣੇ ਆਣਗੇ ਕਿਉਂਕਿ ਪੰਜਾਬ ਦੇ ਮੁੱਦੇ ਹੋਰ ਬਹੁਤ ਨੇ ਇਕੱਲਾ ਕਿਸਾਨੀ ਦਾ ਸੀ ਅੱਜ ਜ਼ਿਕਰ ਕੀਤਾ ਹੈ ਬੇਵਦੀ ਦੀਆਂ ਗੱਲਾਂ ਉਹ ਤੇ ਵੀ ਬੜੇ ਚੈਪਟਰ ਹਨ ਜੀ ਪ੍ਰੀਤ ਦਾ ਨਾਮ ਸਾਹਮਣੇ ਆਉਣਾ ਔਰ بڑے ਮੁੱਦੇ ਜਿ ਲਾਏ ਨਾ ਆਰਡਰ ਦੀ ਗੱਲ ਗੈਂਗਸਟਰਵਾਦ ਦੀ ਗੱਲ ਨਸ਼ਿਆਂ ਦੀ ਗੱਲ ਇਹ ਗਾਗਾ ਵੱਡੇ ਹੁੰਦੇ ਜਾਣਗੇ ਕਿਉਂਕਿ ਸਮਾਂ ਬਹੁਤ ਪਿਆ 1 ਜੂਨ ਤੱਕ ਦਾ ਉਦੋਂ ਤੱਕ ਪਤਾ ਨਹੀਂ ਕਿੰਨੇ ਕੋਥਲ ਪੁਥਲ ਕੋਈ ਪਤਾ ਨਹੀਂ ਜਿਹੜੇ ਇੰਨਾ ਚ ਗਏ ਨੇ ਜਿਵੇਂ ਉਹ ਚੰਡੀਗੜ੍ਹ ਚ ਹੋਇਆ ਕਿ ਦੋ ਜਿਹੜੇ ਨੇ ਕਾਉਂਸਲਰ ਉਧਰ ਚਲੇ ਗਏ ਰਾਤ ਨੂੰ ਸ਼ਾਮ ਨੂੰ ਫੇਰ ਵਾਪਸ ਆ ਗਏ ਮਤਲਬ ਕਿ ਉਹ ਬਾਦੀ ਇਲੈਕਸ਼ਨ ਹੋ ਗਈ ਫਿਰ ਵਾਪਸ ਆ ਗਿਆ ਕਿ ਜੀ ਸਾਡੇ ਤੋਂ ਗਲਤੀ ਹੋ ਗਈ ਆਪਣੇ ਘਰ ਵਾਪਸੀ ਇਦਾਂ ਵੀ ਹੋ ਜਾਂਦਾ ਹੈ ਉਹ 1 ਜੂਨ ਤੱਕ ਬੜਾ ਕੁਝ ਨੇਤਰ ਕਿਸਾ ਕੁਝ ਕਹਿਣਾ ਚਾਹੁੰਦੇ ਪਰ ਖਤਮ ਕਰਦੇ ਬਿਲਕੁਲ ਹੈ ਮਿਹਰ ਦੇ ਕਾਉਂਸਲਰ ਬਾਰੇ ਮੈਨੂੰ ਕਿਸੇ ਸਿਆਣੇ ਬਿਆਣੇ ਬੰਦੇ ਨੇ ਕਿਹਾ ਉਹ ਕਹਿੰਦਾ ਤੈਨੂੰ ਮੈਂ ਅੰਦਰਲੀ ਗੱਲ ਦੱਸਾਂ ਮੈਂ ਕਿਹਾ ਮੈਨੂੰ ਜੇ ਤੇ ਕੋਈ ਫੈਕਟ ਹੈ ਦੱਸ ਕਹਿੰਦਾ ਹੁਣ ਮੈਂ ਕਿਹੜਾ ਇਹ ਇੰਨਾ ਚੀਜ਼ਾਂ ਦਾ ਰਿਕਾਰਡ ਨਹੀਂ ਹੁੰਦਾ ਫੈਕਟ ਇਹ ਆ ਕਿ ਉਹਨਾਂ ਨੇ ਵਾਪਾ ਮੁੱਟੀ ਰਕਮ ਪਹਿਲਾਂ ਤੇ ਉਧਰੋਂ ਲੈ ਲਈ ਜਿੱਧਰ ਪਹਿਲਾਂ ਵੋਟਾਂ ਪਾਈਆਂ ਤੇ ਫੇਰ ਵਾਪਸ ਆਉਣ ਦੀ ਦੂਜੇ ਪਾਸਿਓਂ ਵੀ ਲੈ ਲਈ ਮੈਂ ਕਿਹਾ ਯਾਰ ਇਹ ਤੇ ਬੰਦੇ ਬੜੇ ਹੀ ਸਿਆਣੇ ਨਿਕਲੇ ਜੋ ਵੀ ਨਿਕਲਿਆ ਹੁਣ ਇਹਨਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੁੰਦਾ ਕਹਿਣ ਵਾਲੇ ਕਹੀ ਜਾਂਦੇ ਆ ਇਹ ਜਾਨੀ ਮੰਡੀ ਹੋਣ ਲੱਗੀ ਹੋਈ ਆ ਮੰਡੀ ਭਖੀ ਪਈ ਇਹ ਮੰਡੀ ਐ ਮੰਡੀ ਦੇ ਵਿੱਚ ਬੈਠੇ ਆ ਲੈ ਕੇ ਆਪੋ ਆਪਣੇ ਜਿਵੇਂ ਤੁਸੀਂ ਮੱਝ ਗਾਂ ਬੱਕਰੀ ਲੈਣ ਜਾਂਦੇ ਮੰਡੀ ਚੋਂ ਇੰਜੋਂ ਦੇ ਸਾਰੇ ਆਪੋ ਆਪਣੀ ਕੀਮਤ ਲਾ ਕੇ ਬੈਠੇ ਆ ਮੇਰੀ ਕੀਮਤ ਇੰਨੀ ਮੇਰੀ ਕੀਮਤ ਇੰਨੀ ਤੇ ਉਹ ਆਮ ਆਦਮੀ ਪਾਰਟੀ ਦਾ ਦੇਖ ਲੋ ਜਿਹੜੇ ਕਹਿੰਦੇ ਸੀ ਸਾਨੂੰ 25-25 ਕਰੋੜ 25-25 ਕਹਿ ਰਹੇ ਸੀਗੇ 5-5 ਕਰੋੜ ਸ਼ਾਇਦ 25-25 ਹਾਂ ਤੇ 25 ਤੇ ਬਹੁਤ ਜ਼ਿਆਦਾ ਪੈਸਾ ਹਾਂ ਦਾ ਇੰਨਾ ਵੀ ਆਪਣੇ ਆਪ ਨੂੰ ਤੁਸੀਂ ਕੋਈ ਨੂਰ ਹੀ ਰਾਖਾ ਨੂੰ ਸਮਝਦੇ ਆ ਤੇ ਜੇ ਪਹਿਲੀ ਗੱਲ ਤੇ ਮੈਨੂੰ ਇਸ ਗੱਲ ਤੇ ਹਰਾਨੀ ਵੀ 25 ਕਰੋੜ ਸੱਚੀ ਮੁੱੱਚੀ ਦਿੰਦੇ ਹੁਣ ਜਮ ਕਰੋੜ ਹੀ ਛੋਟਾ ਹੋ ਗਿਆ ਰੱਬ ਜਾਣੇ ਪਰ ਇਹ ਜਿਹੜੀ ਬਾਰ ਬਾਰ ਕਹਿੰਦੇ ਸੀ ਸਾਡਿਆਂ ਨੂੰ ਤੋੜ ਕੇ ਲੈ ਜਾ ਰਿਹਾ ਇਹ ਜਿਹੜੇ ਤੋੜ ਕੇ ਲਿਉਂਦੇ ਇੰਨਾਂ ਨੂੰ ਨਹੀਂ ਕੁਝ ਲੱਗਦਾ ਵੀ ਇਹ ਕੀ ਦਿੰਦੇ ਆ ਉਹਨਾਂ ਨੂੰ ਇਹਦੇ ਕਿਦਾਂ ਕਰਦੇ ਆ ਕਿਹੜੀ ਮੋਰਲ ਪੋਲਿਟਿਕਸ ਆ ਕਿਹੜੀ ਐਥੀਕਲ ਪੋਲਿਟਿਕਸ ਆ ਆ ਦੋ ਤੇ ਹੋਣੇ ਹੀ ਤੇ ਟੇਰਲੇ ਆ ਪਹਿਲਾਂ ਉਹ ਰਿੰਕੂ ਸੀਗਾ ਨੇ ਕੀਨਾ ਉਹਦਾ ਉੱਥੇ ਥਾ ਤੁਸੀਂ ਸੀ ਸ਼ਿਲ ਕੁਮਾਰ ਸਚੀਲ ਕੁਮਾਰ ਰਿੰਕੂ ਉਹ ਵੀ ਤੋਂ ਉਥੋਂ ਹੀ ਲੈਂਦਾ ਸੀ ਐਨ ਮੌਕੇ ਦੇ ਉੱਤੇ ਕਾਂਗਰਸ ਵੱਲੋਂ ਤੇ ਕਾਂਗਰਸ ਦਾ ਛੱਪੜ ਇਹਨਾਂ ਨੂੰ ਚੰਗਾ ਮੱਛੀਆਂ ਫੜਨ ਲਈ ਵੀ ਜਿੰਨੂੰ ਮਰ ਜੀਆ ਮੜ ਜੀ ਕੁੰਡੀ ਲਾਈ ਘੜੇ ਦੀ ਮੱਛੀ ਵਾਂਗੂ ਫੱਟ ਦੇਣੀ ਉਹ ਨਾਲ ਹੀ ਆ ਜਾਂਦੀ ਆ ਤੇ ਇਹ ਕਿਤੇ ਮੁਫਤ ਥੋੜੀ ਆਉਂਦੇ ਆ ਕੁਛ ਨਾ ਕੁਛ ਵੱਟਾ ਸਾਰਾ ਦੇਣ ਲੈਣ ਕਰਕੇ ਆਉਂਦੇ ਆ ਤੇ ਕਿਹੜਾ ਫਿਰ ਦੁੱਧ ਦਾ ਤੋਤਾ ਤੇ ਕਿਹੜਾ ਇੱਥੇ ਬੜਾ ਸਾਫ਼ ਸੁਥਰਾ ਇਹ ਕੁਝ ਚੱਲੀ ਜਾਂਦਾ ਮੈਂ ਇਹੋ ਪੁਆਇੰਟ ਆਊਟ ਕਰਨਾ ਸੀ ਜਿਹੜੀ ਤੁਸੀਂ ਮੇਰ ਦੀ ਗੱਲ ਕੀਤੀ ਨਾ ਉਹ ਤੇ ਇੱਕ ਬਹੁਤ ਹੀ ਵੱਡੀ ਗੇਮ ਸੀ ਜੀ ਮੈਨੂੰ ਲੱਗਦਾ ਕਿ ਟਾਈਗੇ ਲੋਕ ਭੱਜ ਭੱਜ ਕੇ ਸਾਰਾ ਕਈ ਵਾਰੀ ਟੱਬਰ ਵੀ ਰੁੜ ਜੇ ਤੇ ਪੋਲਿਟਿਕਸ ਨਹੀਂ ਛੱਡਦੇ ਕਿਉਂਕਿ ਉੱਥੇ ਸਟੇਕਸ ਬੜੀਆਂ ਹਾਈ ਆ ਜਿਹੜੀਆਂ ਮਜੇ ਆ ਮਸਤੀ ਆ ਉਹ ਕਿਤੇ ਸ਼ਾਇਦ ਹੋਰ ਲੋਕਾਂ ਨੂੰ ਨਹੀਂ ਮਿਲਦੀ ਆ ਬਿਲਕੁਲ ਨਾਲੇ ਪੈਨਸ਼ਨ ਲੱਗ ਜਾਂਦੀ ਐ ਨਾਲੇ ਟੱਬਰ ਸੁਖੀ ਹੋ ਜਾਂਦਾ ਨਾਲੇ ਪਿੱਛੋਂ ਮੰਤਰੀ ਜਾਂ ਐਮਐਲਏ ਦਾ ਜੋ ਵੀ ਜਿਹੜਾ ਉਹਦਾ ਮਿਲਦਾ ਉਹ ਵਜਣ ਲੱਗ ਜਾਂਦੇ ਨੇ ساری ਜ਼ਿੰਦਗੀ ਦੀਆਂ ਮੋਜਾਂ ਨਹੀਂ ਜਿਹੜੀ ਗੱਲ ਹੀ ਐ ਨਾ ਕਿ ਕਿਉਂਕਿ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਆਪਲੇ ਆਪ ਕਹਿੰਦੇ ਨੇ ਕੇਜਰੀਵਾਲ ਸਾਹਿਬ ਹੁਣੇ ਕਿ 25-25 ਕਰੋੜ ਸਾਡੇ ਐਮਐਲਏ ਨੂੰ ਖਰੀਦਣ ਲੱਗੇ ਸੀ ਇਹਦੇ ਕੋਈ ਉਹ ਫੈਕਟ ਨਹੀਂ ਹੁੰਦੇ ਕਿ ਸੱਚਾਈ ਕੀ ਹੈ ਨਾ ਉਹਨਾਂ ਕੋਲ ਉਹਨਾਂ ਨੇ ਕੋਈ ਸਾਹਮਣੇ ਲਿਆ ਕੇ ਰੱਖੀ ਉਹਨ ਜੇ ਕਹਿਤਾ ਕਿ ਕਾਉਂਸਲਰ ਇਧਰੋਂ ਪੈਸੇ ਲੈ ਕੇ ਉਧਰੋਂ ਇਹ ਲੋਕਾਂ ਦੀ ਫਿਰ ਚਰਚਾਾਂ ਮਾਂ ਚੱਲਦੇ ਕਿਉਂਕਿ ਜਦੋਂ ਤੁਸੀਂ ਕਿਰਦਾਰ ਤੋਂ ਡਿੱਗਦੇ ਹੋ ਜਦੋਂ ਤੁਸੀਂ ਇਧਰ ਉਧਰ ਮਤਲਬ ਕਿ ਭੱਜਦੇ ਹੋ ਕਦੇ ਉਧਰ ਹੱਥ ਪਾ ਲਿਆ ਕਦੇ ਉਧਰ ਪਾ ਲਿਆ ਫਿਰ ਤੁਹਾਡੇ ਉਹਦੇ ਉੱਤੇ ਸਵਾਲ ਉੱਠਦੇ ਨੇ ਕਿ ਆਖਿਰਕਾਰ ਤੁਹਾਡੀ ਸਿਆਸਤ ਕਿਨੂੰ ਪਰਨਾਏ ਆ ਉਹ ਵਾਕਈ ਪੰਜਾਬ ਨੂੰ ਜਾਂ ਮੁਲਕ ਨੂੰ ਜਾਂ ਲੋਕਤੰਤਰ ਜਾਂ ਸਰਧਾਰ ਨੂੰ ਜਦੋਂ ਤੁਸੀਂ ਆਪਣਾ ਢਿੱਡ ਭਰਨ ਦੇ ਲਈ ਦੁਰਦੇਓ ਇਹ ਗੱਲਾਂ ਉਹਦੇ ਵਿੱਚੋਂ ਨਿਕਲ ਕੇ ਆਉਂਦੀਆਂ ਇਹਦਾ ਦਾਵਾ ਕੋਈ ਨਹੀਂ ਕੀਤਾ ਜਾ ਸਕਦਾ ਕਿ ਇਹ ਸੱਚ ਕੀ ਹੈ ਤੇ ਝੂਠ ਕੀ ਹੈ ਜਦੋਂ ਸਬੂਤ ਸਾਹਮਣੇ ਆਂਦੇ ਨੇ ਸਭ ਕੁਝ ਸਾਹਮਣੇ ਹੁੰਦਾ ਹੈ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲੋ ਕਰੋ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ